ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਕੰਟੀਨੀ ਮੰਡੀਰ ਨਾਲ ਪੈ ਗਈ ਆ ਗੂੜੀ ਪ੍ਰੀਤ, ਉਹ ਕਹਿੰਦੀ ਕੰਟੀਨੀ ਮੰਡੀਰ ਨਾਲ ਪੈ ਗਈ ਆ ਗੂੜੀ ਪ੍ਰੀਤ, ਹਾਏ ਮੰਮੀ ਚੇਤੇ ਆਉਂਦਾ ਬਸ ਰਵਨੀਤ। ਸਵਾਗਤ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ, ਅਤੇ ਅੱਜ ਅਸੀਂ ਹੈਗੇ ਹਾਂ ਜੀ ਲੁਧਿਆਣਾ ਪੋਲੀਟੈਕਨਿਕ ਕਾਲਜ, ਜਿਹਨੂੰ ਕਹਿੰਦੇ ਆ ਜੀ LPC। ਕੁੜੀਆਂ ਥੋੜੀਆਂ, ਮੁੰਡਿਆਂ ਦਾ ਕਿਵੇਂ ਲੱਗਦਾ ਹੋਊ ਜੀ? ਚਲੋ ਕੋਈ ਨਹੀਂ ਜੀ, ਜੀ ਲਾਉਣ ਲਈ ਮੈਂ ਆ ਗਿਆ, ਹੁਣ ਆਪਾਂ ਪੂਰਾ ਫਨ ਕਰਨ ਜੀ, ਗੱਲਾਂ ਬਾਤਾਂ ਕਰਦੇ ਹਾਂ। ਸੋ ਆਓ ਜੀ, ਆਓ ਆਓ ਤੁਸੀਂ ਆਓ ਜੀ, ਇਹ ਝੋਲਾ ਦੇ ਬੱਲੇ ਬੱਲੇ ਬੱਲੇ। ਕੁੜੀ ਨੇ ਕਾਲਾ ਸੂਟ ਪਾਇਆ, ਪਤਾ ਨਹੀਂ ਮੰਗਵਾ ਜਾਂ ਆਪ ਸਵਾਇਆ। ਆ ਵੀ ਹੈ ਜੀ, ਬਹੁਤ ਵਧੀਆ ਜੀ, ਟੇਲਰ ਨੇ ਵੀ ਪੂਰਾ ਲਾਇਆ ਜੀ। ਥੈਂਕ ਯੂ, ਮੈਂ 100 ਰੁਪਇਆ ਵੱਧ ਜੇ ਜੂ, ਵਧੀਆ ਸੀ। ਹੋਰ ਸੁਣਾਓ ਜੀ। ਕੁੜੀ ਘਰੇ ਚੀਕ ਝਾੜਾ ਪਾਈ ਰੱਖਦੀ ਹੈ ਕੁੜੀ, ਹਨਾ, ਉਹਨੂੰ ਹੁੰਦਾ ਵੀ ਬਾਹਰ ਕੋਈ ਚੱਕਰ ਨਹੀਂ। ਜਿਵੇਂ ਮੁੰਡੇ ਘਰੇ ਹੁੰਦੇ ਆ, ਜੇ ਮੁੰਡੇ ਨੇ ਘਰੇ ਵੀ ਚੀਕ ਝਾੜਾ ਪਾਉਣਾ, ਉਹ ਬਾਹਰ ਵੀ ਚੀਕ ਝਾੜਾ ਪਾਈ ਰੱਖਦੇ ਆ, ਵੀ ਕੋਈ ਚੱਕਰ ਨਹੀਂ, ਉਹਨਾਂ ਨੂੰ ਹੁੰਦਾ ਨਹੀਂ। ਕੁੜੀਆਂ ਜੇ ਘਰੇ ਐਂ ਤੁਰਦੀਆਂ, ਮੰਮੀ ਰੋਟੀ ਜਗ੍ਹਾ, ਮੰਮੀ ਰੋਟੀ ਜਗ੍ਹਾ, ਪਰ ਕੁੜੀਆਂ ਬਾਹਰ ਐਂ ਨਹੀਂ ਤੁਰਦੀਆਂ, ਬਾਹਰ ਕੁੜੀਆਂ ਐਂ ਤੁਰਦੀਆਂ। ਕੁੜੀ ਦਾ ਧਿਆਨ ਮੁੰਡੇ ਵੱਲ ਜ਼ਰੂਰ ਹੁੰਦਾ, ਨਾਲ ਦੀ ਨੂੰ ਕਹਿਣਗੀਆਂ ਉਹ ਦੇਖਦਾ ਸੀ ਕਿ ਨਹੀਂ। ਇਹ ਹੁੰਦਾ ਜੀ, ਬਾਹਰ ਕੁੜੀਆਂ ਹੋਰ ਤਰ੍ਹਾਂ ਤੁਰਦੀਆਂ ਹੁੰਦੀਆਂ, ਘਰੇ ਹੋਰ ਤਰ੍ਹਾਂ ਚੀਕ ਝੜਾ ਪਾਇਆ ਹੁੰਦਾ। ਸਰ ਇੱਦਾਂ ਤਾਂ ਹੁੰਦਾ। ਚਲੋ ਠੀਕ ਹੈ ਜੀ, ਗੋਡ ਬਲੈਸ ਯੂ, ਬਾਬਾ ਤਰੱਕੀਆਂ ਦੇਵੇ ਤੁਹਾਨੂੰ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਂ ਹੈ ਤੁਹਾਡਾ? ਲਵਲੀ ਸ਼ਰਮਾ। ਹੈ ਜੀ, ਲਵਲੀ ਸ਼ਰਮਾ। ਲਵਲੀ, ਹਾਂਜੀ ਸ਼ਰਮਾ। ਮਹਿੰਦੀ ਲਾਉਂਦੀ ਲਾਈ ਜੀ, ਕਿੱਦਾਂ? ਮੈਰਿਜ ਤਾਂ ਗਈ ਸੀ। ਕਿਹਨਾਂ ਦੇ ਜੀ, ਬੁਲਾਇਆ ਸੀਗਾ ਕਿ ਹੋਈ? ਨਹੀਂ ਨਹੀਂ, ਬੁਲਾਇਆ ਸੀ। ਮੈਂ ਬੁਲਾਇਆ ਸੀਗਾ। ਹਾਂ ਬੁਲਾਇਆ। ਫੇਰ ਜੀ ਕਿੱਧਰ ਸੀਗੇ ਪਿਆ? ਮਾਸੀ ਦੇ ਮੁੰਡੇ। ਮਾਸੀ ਦੇ ਮੁੰਡੇ ਦਾ ਵਧੀਆ ਹੋਇਆ ਜੀ? ਬਿਲਕੁਲ। ਭਰਜਾਈ ਕਿੱਦਾਂ ਜੀ? ਸੋਹਣੀ ਆ। ਵਧੀਆ ਜੀ, ਹਾਂਜੀ, ਮੇਰੇ ਵਰਗੀ ਹੋਈ ਆ। ਅੱਛਾ, ਤੁਹਾਡੇ ਵਰਗੀ ਹੋਈ ਆ। ਹਾਂਜੀ, ਵੀ ਹੋਰ ਤਾਰੀਫ ਕਰੇ ਨਾ ਕਰੇ, ਪਰ ਆਪਦੀ ਆਪ ਹੀ ਕਰੀ। ਚਲੋ ਵਧੀਆ ਜੀ, ਹਾਂਜੀ। ਤੇ ਕਿਹੜੇ ਕਿਹੜੇ ਉਹਨਾਂ ਨੇ ਰੱਖੇ ਜੀ ਪ੍ਰੋਗਰਾਮ ਫਿਰ ਵਿਆਹ ਤੇ? ਵਿਆਹ ਅੱਜ ਕੱਲ ਤਾਂ ਹਫਤੇ ਹਫਤੇ ਚੱਲਣ ਲੱਗ ਗਏ ਵਿਆਹ। ਹਾਂਜੀ ਹਾਂਜੀ, ਕਿਹੜੇ ਕਿਹੜੇ ਰੱਖੇ ਸੰਗੀਤ? ਲੇਡੀ ਸੰਗੀਤ, ਮਹਿੰਦੀ ਦਾ ਰੱਖਿਆ ਸੀ। ਮਹਿੰਦੀ, ਹਾਂਜੀ, ਠੀਕ ਹੈ ਠੀਕ ਹੈ। ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਰਿਜ। ਵਿਆਹ ਕੀ ਪਕਵਾਨ ਸਜਾਏ ਜੀ ਫਿਰ ਉਹਨਾਂ ਨੇ ਖਾਣ ਨੂੰ? ਫਾਸਟ ਫੂਡ ਤਾਂ ਮੋਸਟਲੀ ਆ। ਲੜਾਈ ਲੜੀ ਨਹੀਂ ਹੋਈ ਵਿਆਹ ਤੇ? ਨਹੀਂ, ਸ਼ਰਮਾ ਦੇ ਨਹੀਂ ਹੁੰਦੀ। ਅੱਛਾ, ਸ਼ਰਮਿਆ ਦੇ ਨਹੀਂ ਹੁੰਦੀ? ਨਹੀਂ। ਇਹਦਾ ਕੀ ਮਤਲਬ? ਸਾਡੇ ਹੋ ਜਾਂਦੀ ਹੈ ਉਹ, ਸਾਡੇ ਲੜਾਈ ਨਹੀਂ ਹੁੰਦੀ, ਸਾਡੇ ਖੁਸ਼ੀ ਵੱਧ ਹੁੰਦੀ, ਉਹਨੂੰ ਖੁਸ਼ੀ ਕਹਿੰਦੇ ਆ। ਜਿੱਥੇ ਲੜਾਈ ਨਹੀਂ ਉਹ ਵਿਆਹ ਕਾਹਦਾ, ਹੈ ਕਿ ਨਹੀਂ? ਹਾਂਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਜੱਚਦੀਆਂ ਨੇ, ਜੱਚਦੀਆਂ ਤੈਨੂੰ ਹੈ, ਬਾਕੀ ਤਾਂ ਮੂਰਖ ਨੂੰ ਲਾਈ ਫਿਰਦੇ। ਤੁਸੀਂ ਮਾਣ ਨਹੀਂ ਕੀਤਾ ਕਰਦੇ। ਹਾਂ, ਐਂ ਬਸ ਲਾਈ ਰੱਖਿਆ ਕਰ, ਸੌਣ ਵੇਲੇ ਵੀ ਜਦੋਂ ਸੋਣਾ ਲਾ ਕੇ ਸੋਣਾ। ਬਸ ਠੀਕ ਆ, ਜਦੋਂ ਪੈ ਗਿਆ ਫਿਰ ਡੈਡੀ ਹਟਾਵੇ ਵੀ ਮੇਰਾ। ਤੁਹਾਡਾ ਨਾਂ ਕੀ ਵੀਰੇ? ਦਵਿੰਦਰ ਸਿੰਘ। ਦਵਿੰਦਰ ਸਿੰਘ, ਦਵਿੰਦਰ ਸਿੰਘ ਕਾਲਜ ਦੇ ਬਾਹਰ ਖੜੇ ਸੀਗੇ, ਕੁੜੀ ਚੰਗੀ ਲੱਗਦੀ ਇੱਕ? ਹਾਂਜੀ ਹਾਂਜੀ, ਕੁੜੀ ਨੂੰ ਥੋੜ੍ਹਾ ਸ਼ੱਕ ਆ ਤੇਰੇ ਤੇ ਵੀ ਇਹ ਹਨਾ ਦੇਖਦਾ ਆ, ਤੰਗ ਕਰਦਾ। ਫਿਰ ਅੱਜ ਬੱਸ ਸਟੋਪ ਖਾਲੀ ਹੋਈ ਸੀਗਾ, ਉਹ ਵਿਚਾਰੀ ਇਕੱਲੀ ਹੋ ਖੜੀ ਹੈ। ਕਿੱਡਾ ਖੁਸ਼ ਆ ਵੀ ਹਾਏ ਹੋਏ, ਅੱਜ ਉਹਦੇ ਨਾਲ ਗੱਲ ਕਰਨੀ ਆ। ਉਹ ਕੁੜੀ ਮੈਂ ਆ। ਹੈਲੋ, ਐਕਸਕਿਊਜ਼ ਮੀ, ਹੈਲੋ ਅਮਨ, ਹੈਲੋ ਯਾਰ, ਮੈਂ ਤੇਰੇ ਨਾਲ ਗੱਲ ਕਰਨੀ ਆ। ਆਹੋ ਬਰਸਾਤਾਂ ਹੋਈਆਂ, ਡੱਡੂ ਨੇ ਤਾਂ ਆਉਣਾ ਹੀ ਸੀ। ਨਹੀਂ, ਮੈਂ ਡੱਡੂ ਨਹੀਂ, ਮੈਂ ਤੇਰਾ ਆਸ਼ਿਕ ਆ। ਕਰੋ ਗੱਲ, ਕਰੋ ਗੱਲ। ਮੈਂ ਕਿਹਾ ਯਾਰ ਤੇਰੇ ਨਾਲ ਫਰੈਂਡਸ਼ਿਪ ਕਰਨੀ ਆ। ਹੈ? ਤੇਰੇ ਨਾਲ ਫਰੈਂਡਸ਼ਿਪ ਕਰਨੀ ਆ। ਕੀ ਕਰਨੀ ਆ? ਫਰੈਂਡਸ਼ਿਪ? ਥੁੱਕ ਨਾ ਥੁੱਕ ਪਰ।
ਫਰੈਂਡਸ਼ਿਪ ਬੋਲਣਾ ਨਹੀਂ ਆਉਂਦਾ, ਕਿਲੋ ਥੁੱਕ ਤੂੰ ਮੇਰੇ ਮਾਰਤਾ। ਇੰਗਲਿਸ਼ ਤਾਂ ਸ਼ੁਰੂ ਤੋਂ ਨਹੀਂ ਆਉਂਦੀ, ਮਸਾਂ ਹਫ਼ਤਾ ਲਾ ਕੇ ਸਿੱਖੀ ਆ। ਇੰਗਲਿਸ਼ ਨਹੀਂ ਆਉਂਦੀ ਤੈਨੂੰ? ਨਾ, ਚਾਰ ਲਾਈਨਾਂ ਸਿੱਖੀਆਂ ਨੇ ਤੇਰੇ ਲਈ। ਕਿਹੜੀਆਂ? ਵਿਲ ਯੂ ਫਰੈਂਡਸ਼ਿਪ ਵਿਦ ਮੀ? ਵਿਲ ਯੂ ਫਰੈਂਡਸ਼ਿਪ ਵਿਦ ਮੀ? ਮੈਨੂੰ ਤੇਰਾ ਵੀ ਗਲਤ। ਹੱਥ ਵਿੱਚ ਚੂੜਾ ਥੱਲੇ ਪਾਈ ਆ ਪੰਜੇਬ। ਇਹ ਘਰ ਵਾਲਾ ਫਿਰ ਦੇਸੀ ਹੈ ਕਿ ਅੰਗਰੇਜ਼? ਪੰਜਾਬੀ। ਪੰਜਾਬੀ ਹੈ ਜੀ, ਦੇਸੀ ਬੰਦਾ। ਬਹੁਤ ਵਧੀਆ ਜੀ, ਬਹੁਤ ਵਧੀਆ। ਵਿਆਹ ਹੋ ਗਿਆ ਜੀ, ਖੁਸ਼ੀਆਂ ਮੁਬਾਰਕਾਂ ਜੀ। ਥੈਂਕ ਯੂ ਸਰ। ਕਿੰਨਾ ਚਿਰ ਹੋ ਗਿਆ ਵਿਆਹ ਮੈਨੂੰ? 6 ਮਹੀਨੇ ਹੋ ਗਏ। ਅੱਛਾ, 6 6 ਨਹੀਂ 6 6 6 ਹੁੰਦਾ। ਸ਼ਸ਼ੇ ਨੂੰ ਲਾਵਾਂ? ਲਾਵਾਂ ਸ਼ਸ਼ੇ ਨੂੰ? ਜਿਹੜੀਆਂ ਉੱਥੇ ਲਾਵਾਂ ਲਈਆਂ ਸੀ ਪੂਰੀਆਂ? ਨਹੀਂ। ਕਿ ਸਾਰੀਆਂ ਬਾਵਾਂ ਲਾਵਾਂ ਸ਼ਸ਼ੇ ਨੂੰ ਲਾਤੀਆਂ? ਨਹੀਂ, ਉੱਥੇ ਵੀ ਲਈਆਂ ਸੀ ਪੂਰੀਆਂ। ਓਕੇ, ਠੀਕ ਹੈ। ਉੱਥੇ ਲੈਣੀਆਂ ਜ਼ਰੂਰੀ ਹੁੰਦੀਆਂ, ਸ਼ਸ਼ੇ ਨੂੰ ਭਾਵੇਂ ਲੱਗੇ, ਲਾਵਾਂ ਭਾਵੇਂ ਨਾ ਲੱਗੇ। ਕੁੜੀ ਆਪਦੇ ਮੰਮੀ ਨਾਲ ਬਹੁਤ ਚੁਗਲੀਆਂ ਕਰਦੀ ਹੁੰਦੀ, ਤੁਸੀਂ ਵੀ ਕਰਦੇ ਹੋ? ਨਹੀਂ ਨਹੀਂ, ਬਿਲਕੁਲ। ਆਪਣੇ ਮੰਮੀ ਨਾਲ ਕਿਹੜੀਆਂ? ਜਿਵੇਂ ਹੁਣ ਮੰਮੀ ਦਾ ਫੋਨ ਆ ਗਿਆ, ਤੁਹਾਡੇ ਜਿਹੜੇ ਪੇਕੇ ਘਰੇ ਮੰਮੀ ਹੈ ਉਹਨਾਂ ਦਾ ਫੋਨ ਆਇਆ, ਗੱਲ ਕਰਿਓ ਜੀ ਫਿਰ, ਠੀਕ ਹੈ? ਮੈਂ ਮੰਮੀ ਆ ਜੀ ਤੁਹਾਡੀ। ਹੈਲੋ। ਹੈਲੋ ਅੰਮਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਮੇਰਾ ਠੀਕ ਜੀ? ਰਾਜਾ ਪੁੱਤ? ਹਾਂਜੀ, ਬਹੁਤ ਵਧੀਆ, ਤੁਸੀਂ ਦੱਸੋ? ਪੁੱਤ ਗੇੜਾ ਬਹੁਤ ਚਿਰ ਹੋ ਗਿਆ ਗੇੜਾ ਨਹੀਂ ਲਾਇਆ, ਹੁਣ ਬਸ ਮੈਂ ਪੜ੍ਹਾਈ ਚੱਲ ਰਹੀ ਆ। ਅੱਛਾ ਅੱਛਾ, ਪੜ੍ਹਾਉਣਾ ਕਿੱਥੇ ਆ? ਉਹ ਕੰਮ 'ਤੇ ਗਏ ਹੋਏ ਆ। ਥੋੜ੍ਹਾ ਖਿਆਲ ਰੱਖਿਆ ਕਰ, ਕੰਮ ਕਿਹੜੇ ਕਰਦਾ ਹੈ? ਡੀਲਰ ਪਣਾ ਕਰ ਰਹੇ ਆ। ਅਤੇ ਉਹ ਕਿੱਥੇ ਆ? ਕੌਣ? ਮਾਂ ਪਰਾਉਣੇ ਦੀ? ਮੰਮਾ ਬੈਠੇ ਨੇ, ਫ੍ਰੀ ਨੇ। ਠੀਕ, ਉਹ ਫ੍ਰੀ ਆ? ਤੂੰ ਰੋਟੀਆਂ ਪਕਾਈ ਜਾਂਦੀ ਆ, ਉਹ ਕਿਉਂ ਫ੍ਰੀ ਆ? ਆ ਮੇਰਾ ਜੱਗੀ ਪੁੱਤ ਰੋਟੀ ਬਣਾਉਂਦਾ, ਫ੍ਰੀ ਆ? ਬਹੁਤ ਵਧੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਂ ਜੀ? ਜੱਗਾ ਸੋਹੀ। ਜੱਗਾ ਸੋਹੀ, ਕਿੱਥੋਂ ਬਿਲੋਂਗ ਕਰਦੇ ਮੇਰੇ? ਲੁਧਿਆਣੇ ਤੋਂ ਜੀ। ਉਦੋਂ ਮੈਂ ਡਿਸਟ੍ਰਿਕਟ ਪਿੱਛੋਂ ਨਾਭੇ ਤੋਂ ਜੀ, ਪੁਰਾਣੇ ਬਜ਼ੁਰਗ ਸਾਡੇ। ਠੀਕ ਹੈ ਜੀ। ਸ਼ੌਂਕ ਜੀ? ਗਾਉਣ ਦਾ ਹੀ ਸ਼ੌਂਕ ਆ ਬਾਈ ਜੀ। ਸੁਣਾਓ ਜੀ। ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਜੱਗਾ ਜੰਮਿਆ ਜੰਮਿਆ ਤੇ ਮਿਲਣ ਵਧਾਈਆਂ, ਕਿ ਵੱਡਾ ਹੋਇਆ ਜਾਤੇ ਮਾਰਦਾ ਪੂਰਣਾ, ਮਾਂ ਕੋਲੋਂ ਵਿਛੜ ਗਿਆ ਵੀ ਪੁੱਤ ਸੂਰਮਾ, ਹਾਏ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ ਬਈ, ਜੇ ਮੈਂ ਜਾਣਦੀ 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 ਜੱਗੇ ਨੇ ਮਰ ਜਾਣਾ, ਇੱਕ ਥਾਂ ਦੋ ਜੰਮਦੀ ਜੱਗਿਆ ਜੱਗਿਆ, ਮੈਂ ਮਾਂ ਤੇਰੀ ਰੋਂਦੀ ਨੂੰ ਬੂਆ ਬੱਚਿਆ, ਪੱਕੇ ਪੁਲਾਂ ਤੇ ਲੜਾਈਆਂ ਹੋਈਆਂ ਬਈ, ਪੱਕੇ ਪੁਲਾਂ ਤੇ ਪੁਲਾਂ ਤੇ ਪੁਲਾਂ ਤੇ ਲੜਾਈਆਂ ਹੋਈਆਂ, ਤੇ ਛਵੀਆਂ ਦੇ ਕਿੱਲ ਟੁੱਟ ਗਏ ਅੜ ਕੇ ਹਾਰ ਕੇ, ਬਈ ਦੁਨੀਆਂ ਨੇ ਮੁੱਕ ਜਾਣਾ ਉਹ ਲੜ ਲੜ ਕੇ। ਕੀ ਨਾਂ ਜੀ? ਸਿਮਰਨਜੀਤ ਸੀ। ਸਿਮਰਨਜੀਤ, ਤੁਸੀਂ ਵੀ ਆਇਓ ਜੀ। ਤੁਹਾਡੇ 8ਵੀਂ ਦੇ ਪੇਪਰ ਬਹੁਤ ਵਧੀਆ ਲੰਘੇ, ਹੁਣ ਤੁਸੀਂ 9ਵੀਂ 'ਚ ਹੋ ਗਏ। ਤੁਸੀਂ ਕੁਛ ਨਹੀਂ ਕਰਨਾ, ਛੋਟੇ ਹੁੰਦੇ ਆ ਤੁਹਾਨੂੰ ਚੇਤਾ ਬਈ ਐ ਖੇਡਦੇ ਹੁੰਦੇ ਸੀਗੇ ਜੀ? ਐ ਕਰਿਓ ਜੀ, ਐ ਜੀ। ਉਹ ਕਿਹੜੀ ਗੇਮ ਸੀਗੀ? ਉਹ ਅੱਖਾਂ ਮਿੱਕੀ ਨਿੱਕੀ ਮਿੱਕੀ, ਉਹ ਗੇਮ ਬਾਫੀ ਤਾੜੀਆਂ ਮਾਰਨੀਆਂ ਜੀ, ਬੋਲੀ ਮੈਂ ਜਾਊਂਗਾ। ਚਲੋ ਜੀ, ਕਰੋ ਕਰੋ ਕਰੋ। ਅੱਕੜ ਬੱਕੜ ਪੰਬੇ ਪਾਓ, ਅੱਕੜ ਬੱਕੜ ਪੰਬੇ ਪਾਓ। ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡਾ ਕੀ ਨਾਂ ਜੀ? ਜਸਪ੍ਰੀਤ। ਜਸਪ੍ਰੀਤ, ਗੋਡ ਬਲੈਸ ਯੂ, ਗੋਡ ਬਲੈਸ ਯੂ। ਹੋਰ ਸੁਣਾਓ ਜੀ। ਵਧੀਆ ਜੀ। ਸ਼ੌਂਕ ਜੀ? ਸ਼ੌਂਕ ਗਾਣ ਦਾ। ਗੀਤ ਸੁਣਾਓ ਵੀਰੇ। ਤੇਰੇ ਸ਼ੌਂਕ ਨੇ ਅਵੱਲੇ ਨੀ ਮੈਂ ਕਰਜੇ ਦੇ ਥੱਲੇ, ਉਹ ਤੇਰੇ ਸ਼ੌਂਕ ਨੇ ਅਵੱਲੇ ਜੱਟ ਕਰਜੇ ਦੇ ਥੱਲੇ, ਜੇ ਤੂੰ ਲਾਉਣੀ ਯਾਰੀ ਲਾਉਣੀ ਯਾਰੀ ਬਿੱਲੋ ਮਨ ਮਾਰਨਾ ਪਊਗਾ, ਉਹ ਮੇਤੋਂ ਲੈਕਵੇਂ ਦਾ ਲੈਨਰ ਨੀ ਲੈ ਕੇ ਦਿੱਤਾ ਜਾਣਾ, ਪਾ ਕੇ ਤਵਿਆਂ ਦੀ ਲੋ ਡੰਗ ਸਾਰਨਾ ਪਊਗਾ, ਲੈਕਵੇਂ ਦਾ ਲੈਨਰ ਨੀ ਲੈ ਕੇ ਦਿੱਤਾ ਜਾਣਾ, ਪਾ ਕੇ ਤਵਿਆਂ ਦੀ ਲੋ ਡੰਗ ਸਾਰਨਾ ਪਊਗਾ। ਤੁਸੀਂ ਵੀ ਵਿਆਹ ਤੇ ਗਈ ਉਹਨਾਂ ਦੇ? ਹਾਂਜੀ, ਵਿਆਹ ਤੇ ਗਈ ਸੀ। ਠੀਕ ਹੈ ਜੀ। ਇਹ ਕੁੜੀਆਂ ਨੂੰ ਇਹ ਹੁੰਦਾ ਵੀ ਤੂੰ ਵੀ ਆ ਜਾ, ਤੂੰ ਵੀ ਆ ਜਾ, ਤੂੰ ਵੀ ਆ ਜਾ, ਚੱਲ ਮੇਰੇ ਤਿੰਨ ਚਾਰ ਇਕੱਠੀਆਂ ਜਾਵਾਂਗੀਆਂ। ਬੁਲਾਇਆ ਵੀ ਸੀਗਾ ਕਿ ਉਵੇਂ ਜੀ? ਹਾਂਜੀ, ਬੁਲਾਇਆ ਸੀ ਤਾਂ ਹੀ ਗਈ ਸੀ। ਕਾਰਡ ਕੂਡ ਆਇਆ ਜੀ? ਹਾਂਜੀ ਹਾਂਜੀ ਆਇਆ। ਚਲੋ ਠੀਕ ਹੈ ਜੀ। ਹੋਰ ਸ਼ੌਂਕ ਜੀ ਤੁਹਾਨੂੰ? ਸ਼ੌਂਕ ਡਾਂਸਿੰਗ ਦਾ। ਡਾਂਸਿੰਗ ਦਾ? ਹਾਂਜੀ। ਅਤੇ ਡਾਂਸ ਕਰੋਗੇ ਜੀ ਫਰੈਂਡਸ ਨਾਲ? ਹਾਂਜੀ, ਫਰੈਂਡ ਨੂੰ ਸੱਦ ਲਓ ਜੀ, ਫਿਰ ਡਾਂਸ ਕਰੋ।
ਕੀ ਨਾਂ ਜੀ ਵੀਰੇ? ਅਮਨਦੀਪ ਸਿੰਘ ਜੀ। ਅਮਨਦੀਪ ਸਿੰਘ ਜੀ, ਪੱਗ ਬਹੁਤ ਸੋਹਣੀ ਬਾਈ। ਥੈਂਕ ਯੂ ਵੀਰੇ। ਕਿੰਨਾ ਚਿਰ ਹੋ ਗਿਆ ਜੀ ਇੱਥੇ? ਬਸ ਸੈਕਿੰਡ ਈਅਰ ਦਾ ਸਾਲ ਕੁ ਹੋ ਗਿਆ। ਸਾਲ ਹੋ ਗਿਆ ਜੀ। ਕਿੱਦਾਂ ਚੱਲਦੀ ਲਾਈਫ? ਵੀਰੇ ਦਾਲ ਰੋਟੀ ਚੱਲਦੀ ਆ, ਸ਼ੌਂਕ ਨੂੰ ਪਕਾਈ ਜਾਂਦਾ, ਰਾਤ ਨੂੰ ਲਿਖੀ ਜਾਂਦਾ, ਦਿਨ ਚੜ੍ਹੇ ਗਾਈ ਜਾਂਦਾ, ਗਾਉਣਾ ਗੁਣਾ ਤਾਂ ਆਉਂਦਾ ਨਹੀਂ, ਬਸ ਐਂਟਰਟੇਨ ਜਿਹਾ ਕਰਾਈ ਜਾਂਦਾ। ਬਹੁਤ ਵਧੀਆ। ਇੱਕ ਗਾਣਾ ਆਪਦਾ ਲਿਖਿਆ ਜੀ? ਜ਼ਰੂਰ ਬਾਈ, ਜ਼ਰੂਰ ਬਾਈ, ਜ਼ਰੂਰ। ਉਹ ਬਹੁਤਿਆਂ ਟਰੈਂਡਾਂ ਦਾ ਤਾਂ ਮੈਨੂੰ ਹਿਸਾਬ ਨਹੀਂ, ਕੁੜਤਾ ਪਜਾਮਾ ਮਿੱਤਰਾਂ ਦੇ ਫੱਬ ਦਾ, ਚੱਲਦੇ ਹਾਂ ਅਸੀਂ ਵੱਖਰੇ ਹੀ ਰਾਹਾਂ ਤੇ, ਨੀ ਮਾਣ ਤਾਣ ਪੂਰਾ ਰੱਖਦੇ ਹਾਂ ਸਭ ਦਾ, ਟੀਕੇ ਸੂਟਿਆਂ ਦੇ ਸਿਰ ਤੇ ਨੀ ਬੁੱਕਦੇ, ਟੀਕੇ ਸੂਟਿਆਂ ਦੇ ਸਿਰ ਤੇ ਨੀ ਬੁੱਕਦੇ, ਨੀ ਮਿੱਤਰਾਂ ਨੇ ਦੇਵੀ ਪੂਰੀ ਸੁੱਚੀ ਰੱਖੀ ਆ, ਪੈਂਟਾਂ ਨੀ ਚਕਾਈਆਂ ਗਿੱਟਿਆਂ ਤੋਂ ਉੱਚੀਆਂ, ਨੀ ਸੋਚੇ ਅਪਰੋਚ ਪਰ ਉੱਚੀ ਰੱਖੀ ਆ, ਉਹ ਪੈਂਟਾਂ ਨੀ ਚਕਾਈਆਂ ਗਿੱਟਿਆਂ ਤੋਂ ਉੱਚੀਆਂ, ਨੀ ਸੋਚੇ ਅਪਰੋਚ ਪਰ ਉੱਚੀ ਰੱਖੀ ਆ। ਇਹ ਤਾਂ ਸ਼ੁਕਰ ਆ ਮੈਂ ਉੱਚੀ ਪੈਂਟ ਨੀ ਪਾ ਕੇ ਆ ਗਿਆ, ਨਹੀਂ ਲੱਗ ਗਿਆ ਸੀ। ਇਹ ਤਾਂ ਗਾਣੇ ਤੇ ਲੱਗ ਗਿਆ ਸੀ। ਗਾਣਾ ਬਹੁਤ ਵਧੀਆ ਬਾਈ, ਬਹੁਤ ਵਧੀਆ ਗਾਣਾ ਬਾਈ। ਕੀ ਨਾਂ ਜੀ? ਗੁਰਬਚਨ ਸਿੰਘ ਜੀ ਆਪਣਾ ਨਾਮ। ਗੁਰਬਚਨ ਸਿੰਘ, ਇੱਕ ਮੈਂ ਗੱਲ ਕਹਿਣਾ, ਮੇਰਾ ਫਰੈਂਡ ਆ ਜੀ ਜੋਵਨਪ੍ਰੀਤ ਸਿੰਘ, ਉਹਨੂੰ ਮੈਂ ਬੁਲਾਉਣਾ ਚਾਹੁੰਦਾ ਜੀ, ਉਹਨੇ ਗਾਣਾ ਗਾਣਾ। ਬੁਲਾਓ ਬੁਲਾਓ ਜੋਵਨ। ਜੋਵਨ ਸਾਧ ਸਾਧ ਜੋਵਨ ਸਿੰਘ ਜੀ ਵੀ ਪੂਰੇ ਫਸਟ ਈਅਰ ਇੱਥੇ, ਠੀਕ ਹੈ। ਗੀਤ ਸੁਣਾਓ, ਤੁਸੀਂ ਸੁਣਾਓਗੇ? ਹਾਂਜੀ ਸੁਣਾਓ ਸੁਣਾਓ ਸੁਣਾਓ। ਹੋ ਜੱਟਾਂ ਦੇ ਮੁੰਡੇ ਨਾ ਜੇ ਤੂੰ ਲਾਲੀ ਬੱਲੀਏ, ਇੱਕ ਗੱਲ ਦਿਲ 'ਚ ਬਿਠਾ ਲਈ ਬੱਲੀਏ, ਜੱਟਾਂ ਦੇ ਮੁੰਡੇ ਨਾ ਜੇ ਤੂੰ ਲਾਲੀ ਬੱਲੀਏ, ਇੱਕ ਗੱਲ ਦਿਲ 'ਚ ਬਿਠਾ ਲਈ ਬੱਲੀਏ, ਦੋ ਹੀ ਚੀਜ਼ਾਂ ਮੁੰਡਾ ਬਸ ਫੋਲੋ ਕਰਦਾ, ਹੋ ਯਾਰਾ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦੇਣ ਨਾ ਪਰਹੇਜ ਕਰਦਾ, ਯਾਰਾ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦੇਣ ਨਾ ਪਰਹੇਜ ਕਰਦਾ। ਇਹ ਤਾਂ ਹੱਸਦਾ ਵੀ ਸੋਨਮ ਬਾਜ ਵਾਂਗੂ ਹੀ ਹੈ। ਉਹ ਤੇਰੇ ਸਾਰੇ ਸ਼ੌਕ ਨੀ ਪਗਾਉਣ ਦਾ ਖਿਆਲ, ਠੋਕਣੇ ਚ ਦੇਵੇ ਨੀ ਇਹ ਮੁੱਛ ਦਾ ਸਵਾਲ, ਉਹ ਰੁਕ ਟੁੱਕ ਨਖਰੇ ਪਰਹੇਜ ਫੋਨ ਕਰੀ ਨਾ, ਉਹ ਖਾਸ ਜਦੋਂ ਬੈਠਾ ਹੋਆ ਬੰਦੇ ਹੱਥ ਚਾਰ, ਉਹ ਫੇਰ ਦੇਵੇ ਜੀ ਉਲਾਂਬੇ ਆਨ ਹੋਲਡ ਧਰਦਾ। ਰੋਜ਼ੀ ਆਪਾਂ ਖੱਪੇ ਦੀ ਪਾਉਣੀ ਹੈ, ਮਸਤੀ ਦੀ ਕਿੰਨੀ ਰਹੂਗੀ, ਪਰ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਇਓ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਫਿਰ ਸਵਾਗਤ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ। ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਲੁਧਿਆਣਾ ਪੋਲੀਟੈਕਨਿਕ ਕਾਲਜ LPC। ਸੋ ਹੁਣ ਆਪਾਂ ਕਰਦੇ ਹਾਂ ਜੀ ਗੱਲਬਾਤ, ਅਤੇ ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਸੁਖਵਿੰਦਰ ਕੌਰ। ਸੁਖਵਿੰਦਰ ਕੌਰ, ਸੁਖਵਿੰਦਰ ਕਿੱਥੋਂ ਬਿਲੋਂਗ ਕਰਦੇ ਜੀ? ਲੁਧਿਆਣੇ ਤੋਂ। ਲੁਧਿਆਣੇ ਤੋਂ, ਹਾਂਜੀ। ਇੱਥੇ ਕਿੰਨੇ ਚਿਰ ਹੋ ਗਿਆ ਜੀ? ਕਿਹੜਾ ਈਅਰ ਹੈ? ਸੈਕਿੰਡ ਈਅਰ। ਸੈਕਿੰਡ ਈਅਰ, ਹਾਂਜੀ। ਵਧੀਆ ਚੱਲਦੀ ਪੜ੍ਹਾਈ? ਬਹੁਤ ਵਧੀਆ ਜੀ। ਸਾਡੀ ਕਿਉਂ ਚੱਲੀ ਵਧੀਆ? ਉਹ ਆਪਣੇ ਆਪਣੇ ਨਸੀਬ ਹੁੰਦੇ ਨੇ, ਤੁਸੀਂ ਪੜ੍ਹਨ 'ਚ ਧਿਆਨ ਦਿੱਤਾ ਹੋਣਾ। ਪੜ੍ਹਨ 'ਚ ਧਿਆਨ ਦਿੱਤਾ? ਹਾਂਜੀ ਹਾਂ, ਪੜ੍ਹਨ 'ਚ ਥੋੜ੍ਹਾ ਧਿਆਨ ਘੱਟ। ਬਸ ਫਿਰ ਤਾਂ ਲੱਗਦਾ ਜੀ ਦੇਖਣ 'ਚ। ਅੱਛਾ ਜੀ, ਚਲੋ ਸ਼ੌਂਕ ਜੀ? ਬਸ ਫਰੈਂਡਸ ਦੇ ਨਾਲ ਰਹਿਣਾ ਐਂਡ ਗਾਣੇ ਗੁਣੇ ਸੁਣਨੇ। ਗਾਣੇ ਸੁਣਾਓ ਜੀ। ਕਾਲੇ ਰੰਗ ਦਾ ਗੁਲਾਬ ਕੋਈ ਨਾ, ਕਾਲੇ ਰੰਗ ਦਾ ਗੁਲਾਬ ਕੋਈ ਨਾ, ਮੁੰਡੇ ਹੋਵੇ LPC ਵਾਲੇ ਹੋ, ਤੁਹਾਡੇ ਕੋਲ ਨਰਸਿੰਗ ਵਾਲੀਆਂ ਦਾ ਜਵਾਬ ਕੋਈ ਨਾ। ਕੀ ਨਾਂ ਜੀ ਵੀਰੇ? ਤੇਜਿੰਦਰ ਸਿੰਘ। ਤੇਜਿੰਦਰ ਸਿੰਘ, ਕਿੱਥੋਂ ਬਿਲੋਂਗ ਕਰਦੇ ਜੀ? ਸਮਰਾਲਾ। ਚਾਰ ਲਾਈਨਾਂ ਸੁਣਾਉਣ ਜਾ ਰਿਹਾ। LPC ਕਾਲਜ ਦੇਖੋ, ਰਵਨੀਤ ਅੱਜ ਆਇਆ ਹੈ, ਕੰਟੀਨੀ ਮੰਡੀਰ ਉੱਤੇ ਗਾਣਾ ਤੇਜ਼ੀ ਨੇ ਬਣਾਇਆ ਹੈ, ਜਿੱਥੇ ਜਾਂਦਾ ਉੱਥੇ ਰੌਣਕਾਂ ਹੀ ਲਾਉਂਦਾ ਏ, ਜਿਹੜਾ ਨਹੀਂ ਹੱਸਦਾ ਉਹਨੂੰ ਧੱਕੇ ਨਾਲ ਹਸਾਉਂਦਾ ਏ। ਕੰਟੀਨੇ ਵਿਖਾਉਂਦੇ ਨਾ, ਖੜ ਜਾਂਦੇ ਗਰਾਊਂਡ ਵਿੱਚ, ਕੈਮਰਾ ਹੋਰ ਕਿਤੇ ਘੁਮਾਉਂਦੇ ਨਾ, ਮੁੜੇ ਨਾ ਰਵਨੀਤ, ਸਾਰੀ ਟੀਮ ਇਹੋ ਚਾਹੁੰਦੀ ਆ, ਜਦੋਂ ਰਵਨੀਤ ਦੀ ਟੀਮ ਕਲਾਸਾਂ ਦੇ ਵਿੱਚ ਫੇਰਾ ਪਾਉਂਦੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ, ਤੁਸੀਂ ਸੁਣਾਓ ਜੀ? ਵਧੀਆ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਭੈਣੀ ਸਾਹਿਬ ਤੋਂ। ਭੈਣੀ ਸਾਹਿਬ ਤੋਂ, ਹਾਂਜੀ। ਤੁਹਾਡੇ ਕੀ ਸ਼ੌਂਕ ਹੈ ਜੀ? ਮੇਰੇ ਸ਼ੌਂਕ ਫਰੈਂਡਸ ਨਾਲ ਘੁੰਮਣਾ, ਖੇਡਣਾ, ਗਾਣਾ ਗਾਣਾ, ਇੰਟਰਵਿਊ ਲੈਣਾ। ਆਈ ਮੀਨ ਇੰਟਰਵਿਊ ਲੈਣਾ? ਹਾਂਜੀ, ਤੁਹਾਡਾ ਲੈਣੀ ਆ ਮੈਂ। ਚਲੋ ਪਿੱਛੇ ਹੋਵੋ, ਹੋ ਜਾਓ, ਹੋ ਜਾਓ। ਕਾਕਾ, ਕਿੱਧਰ ਮੂੰਹ ਚੱਕਿਆ ਤੂੰ? ਇੱਧਰ ਨੂੰ ਚੱਕਿਆ। ਹਾਂ, ਕਿਉਂ ਚੱਕਿਆ? ਨਾਮ ਕੀ ਹੈ ਤੇਰਾ? ਇੱਧਰ ਨੂੰ ਲੁਧਿਆਣਿਆਂ ਨੂੰ ਚੱਕਿਆ। ਅੱਛਾ, ਲੁਧਿਆਣਿਆਂ ਨੂੰ? ਲੁਧਿਆਣਾ ਤਾਂ ਆਵਾ। ਮੈਨੂੰ ਇਹ ਦੱਸ, ਤੂੰ LPC ਕਾਲਜ ਚ ਆਇਆ ਵਾ, ਕਿਉਂ, ਕੀ ਕਰਨਾ ਆ?
ਮੈਂ ਜੀ ਹਾਂ ਨਜ਼ਾਰੇ ਲੈਣਾ ਓਕੇ ਤਾਂ ਰਵਨੀਤ ਜੀ ਤੁਹਾਨੂੰ ਸਾਡਾ ਕਾਲਜ ਕਿਵੇਂ ਲੱਗਿਆ ਬਦਲ ਗਿਆ ਜੀ ਬਦਲਣਾ ਪੈਂਦਾ ਹੈ ਜੀ ਕਾਲਜ ਬਹੁਤ ਵਧੀਆ ਜੀ ਬੱਚੇ ਬਹੁਤ ਵਧੀਆ ਸਟਾਫ ਤੁਹਾਡਾ ਬਹੁਤ ਵਧੀਆ ਠੀਕ ਹੈ ਕੋਈ ਸ਼ੌਂਕ ਹੋਵੇ ਇੱਕ ਮਿੰਟ ਗੱਲ ਸੁਣ ਯਾਰ ਹਾਂ ਤੈਨੂੰ ਪਤਾ ਯਾਰ ਮੇਰਾ ਗਲਾ ਖਰਾਬ ਹੈ ਹਾਂ ਗਲਾ ਹੈ ਹੀ ਐਡਾ ਖਰਾਬ ਕਿੱਥੋਂ ਹੈ ਐਡਾ ਦਾ ਗਲਾ ਨਹੀਂ ਪਹਿਲਾਂ ਤੂੰ ਮੈਨੂੰ ਇਹ ਦੱਸ ਜਿਹੜਾ ਵੀ ਤੇਰੇ ਨਾਲ ਗੱਲ ਕਰਦਾ ਤੂੰ ਤੇ ਡੰਡ ਡੰਡ ਹੁੰਦਾ ਜੀ ਡੰਡ ਡੰਡ ਨਹੀਂ ਹੁੰਦਾ ਤੂੰ ਕਨਫਿਊਜ਼ ਕਰ ਦਿੰਦਾ ਵਾ ਨਹੀਂ ਕਨਫਿਊਜ਼ ਹੋ ਨਾ ਤੁਸੀਂ ਲੈ ਤੁਸੀਂ ਇੰਨਾ ਸੋਹਣਾ ਮੁੰਡਾ ਖੜੇ ਹੋਵੇ ਕੁੜੀ ਕਿਉਂ ਨਾ ਕਨਫਿਊਜ਼ ਹੋਵੇ ਇੱਥੇ ਪੜ੍ਹਾਈ ਕਿਤੋਂ ਚੱਲਦੀ ਹੈ ਵਧੀਆ ਚੱਲਦੀ ਹੈ ਫੰਕਸ਼ਨ ਜ਼ਿਆਦਾ ਕਰੀਦਾ ਹੈ ਠੀਕ ਹੈ ਫੰਕਸ਼ਨ ਹੁੰਦਾ ਰਹਿੰਦਾ ਜੀ ਹੋਰ ਕੋਈ ਗੀਤ ਦਾ ਚਾਜ ਗੀਤ ਗੂਤ ਹਾਂਜੀ ਗੀਤ ਵੀ ਗਾ ਲੈਣੀ ਆ ਸੁਣਾਓ ਜੀ ਦਾਚੀ ਵਾਲਿਆ ਮੋੜ ਮੁਹਾਰ ਵੇ ਸੋਹਣੀ ਵਾਲਿਆ ਲੈ ਚੱਲ ਨਾਲ ਵੇ ਤੁਹਾਡਾ ਕੀ ਨਾਂ ਜੀ ਨਵਨੀਤ ਕੌਰ ਨਵਨੀਤ ਕੌਰ ਨਵਨੀਤ ਕੌਰ ਘਰੇ ਮੰਮੀ ਡਾਂਟਦੇ ਕਿ ਪਾਪਾ ਮੰਮੀ ਮੰਮੀ ਡਾਂਟਦੇ ਹਾਂਜੀ ਮੈਂ ਤੁਹਾਡਾ ਡੈਡੀ ਬਣਦੇ ਜੀ ਹਨਾ ਜੀ ਐਕਟ ਦੇ ਵਿੱਚ ਤੇ ਮੰਮੀ ਨੇ ਤੁਹਾਨੂੰ ਝਿੜਕਿਆ ਜੀ ਡੈਡੀ ਜੀ ਡੈਡੀ ਜੀ ਹਾਂ ਮੇਰਾ ਪੁੱਤ ਮੰਮੀ ਬੋਲਦੀ ਹੈ ਮੈਨੂੰ ਮੰਮੀ ਬੋਲਦੀ ਹੈ ਤੈਨੂੰ ਉਹ ਤਾਂ ਮੈਨੂੰ ਵੀ ਬੋਲਦੀ ਆ ਪਰ ਮੈਨੂੰ ਕੁਝ ਜ਼ਿਆਦਾ ਹੀ ਬੋਲਦੇ ਆ ਤੁਹਾਨੂੰ ਤਾਂ ਘੱਟ ਬੋਲਦੇ ਆ ਵੱਡੀ ਹੋ ਗਈ ਜੇ ਤੈਨੂੰ ਵਿਆਹ ਤਾਂ ਜਿਹੜਾ ਪਰੋਣਾ ਉਹ ਤੂੰ ਉਹਨੂੰ ਵੀ ਬੋਲੇਂਗੀ ਇਹ ਪੁੱਤੇ ਤਾਂ ਬੋਲਣ ਵਾਲੀ ਵੀ ਨਸਲ ਹੈ ਬੋਲੂਗੀ ਹੋਈ ਪਤਾ ਕੀ ਚੱਕਰ ਆ ਇੱਕ ਕੰਨ ਤੋਂ ਸੁਣਿਆ ਕਰ ਮੇਰਾ ਪੁੱਤ ਦੂਜੇ ਕੰਨ ਤੋਂ ਕੱਢਦਾਗਾ ਤੁਸੀਂ ਸਮਝਾ ਦਿਆ ਕਰੋ ਮੰਮੀ ਨੂੰ ਤੁਹਾਡਾ ਤਾਂ ਕਹਿਣਾ ਮੰਨਦੇ ਅਸ ਤਾਂ ਨਹੀਂ ਚੰਗੇ ਲੱਗਦੇ ਨਾ ਸਾਹਮਣੇ ਬੋਲਦੇ ਮੇਰਾ ਕਿਤੇ ਕਹਿਣਾ ਮੰਨਦੀ ਆ ਮੇਰਾ ਤਾਂ ਵਿਆਹ ਤੋਂ ਪਹਿਲੇ ਕਹਿਣਾ ਮੰਨਦੀ ਤੇ ਹੁਣ ਨਹੀਂ ਮੰਨਦੀ ਕਿਉਂ ਡੈਡੀ ਬਹੁਤ ਵਧੀਆ ਜੀ ਕਿੱਥੋਂ ਬਿਲੋਂਗ ਕਰਦੇ ਹੋ ਬਗਲੀ ਕਲਾਂ ਤੋਂ ਬਗਲੀ ਕਲਾਂ ਤੋਂ ਹੋਰ ਜੀ ਗਾਣਾ ਸ਼ੌਂਕ ਸਿੰਗਿੰਗ ਸਿੰਗਿੰਗ ਗੀਤ ਸੁਣਾਓ ਜੀ ਸੋਹਣਿਆ ਸੱਜਣਾ ਸੱਜਣਾ ਤੂੰ ਹੀ ਮੇਰਾ ਅੱਲਾ ਹੋਇਆ ਦਿਲ ਚੱਲਾ ਇਬਾਦਤ ਕਰਦੇ ਹਾਂ ਸੋਹਣਿਆ ਸੱਜਣਾ ਸੱਜਣਾ ਤੂੰ ਹੀ ਮੇਰਾ ਅੱਲਾ ਹੋਇਆ ਦਿਲ ਚੱਲਾ ਇਬਾਦਤ ਕਰਦੇ ਹਾਂ ਕਿੱਥੋਂ ਬਿਲੋਂਗ ਕਰਦੇ ਜੀ ਕਟਾਣੀ ਕਲਾਂ ਤੋਂ ਕਟਾਣੀ ਕਲਾਂ ਤੋਂ ਕੀ ਕਰੋਗੇ ਜੀ ਪੇਸ਼ ਗਾਣਾ ਸੁਣਾਓ ਜੀ ਸੁਣਾਓ ਜੀ ਹੋ ਪਟਿਆਲਾ ਸ਼ਾਹੀ ਪੱਗੇ ਉੱਤੋਂ ਮੁੱਛ ਲਾਉਂਦੀ ਆ ਗਟੌਰ ਦੇਖ ਸਰਦਾਰ ਦੀ ਹੋ ਪਟਿਆਲਾ ਸ਼ਾਹੀ ਪੱਗੇ ਉੱਤੋਂ ਮੁੱਛ ਲਾਉਂਦੀ ਆ ਗਟੌਰ ਦੇਖ ਸਰਦਾਰ ਦੀ ਉਹ ਯਾਰਾਂ ਦੇ ਨੇ ਯਾਰ ਸਾਰੇ ਦਿਲ ਤੇ ਬਿਮਾਰ ਸਾਰੇ ਗੱਲ ਚੱਲੇ ਕਿਸੇ ਵਾਲੀ ਨਾਰ ਦੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਲੁਧਿਆਣੇ ਤੋਂ ਲੁਧਿਆਣਾ ਉਹ ਜਿਹੜੀ ਆਈ ਸੀ ਪਸੰਦ ਵਿਆਹੀ ਗਈ ਲੁਧਿਆਣੇ ਉਹ ਸੁਣਿਆ ਏ ਉਹਦੇ ਤਿੰਨ ਚਾਰ ਨੇ ਨਿਆਣੇ ਉਹ ਜਿਹੜੀ ਆਈ ਸੀ ਪਸੰਦ ਵਿਆਹੀ ਗਈ ਲੁਧਿਆਣੇ ਸੁਣਿਆ ਏ ਉਹਦੇ ਤਿੰਨ ਚਾਰ ਨੇ ਨਿਆਣੇ ਓਏ ਉਹਦੇ ਨਿਆਣੇ ਵੀ ਹੁਣ ਮੇਰਾ ਸ਼ੋਅ ਵੇਖਦੇ ਉਹਦੇ ਨਿਆਣੇ ਵੀ ਹੁਣ ਕੰਟੀਨੀ ਮੰਡੀਰ ਵੇਖਦੇ ਨਾਲੇ ਮਾਮਾ ਮਾਮਾ ਕਹਿੰਦੇ ਨਾਲੇ ਮੱਥਾ ਟੇਕਦੇ ਨਾਲੇ ਮੱਥਾ ਟੇਕਦੇ ਨਿਆਣੇ ਖੁਸ਼ ਹੁੰਦੇ ਹੋਣਗੇ ਹੱਸ ਲਓ ਮੈਂ ਤਾਂ ਮਾਮਾ ਬਣ ਗਿਆ ਨਾ ਅਗਲਿਆਂ ਦਾ ਚਲੋ ਬਹੁਤ ਵਧੀਆ ਹੋਰ ਕਿੱਦਾਂ ਲੁਧਿਆਣਾ ਵਧੀਆ ਜੀ ਹਾਂਜੀ ਵਧੀਆ ਤੇ ਤੁਸੀਂ ਕੀ ਕਰਦੇ ਜੀ ਇੱਥੇ ਮੈਂ ਆਈਟੀ ਸੈਕੰਡ ਇਅਰ ਆਈਟੀ ਸੈਕੰਡ ਇਅਰ ਕਿੱਦਾਂ ਚੱਲਦੀ ਪੜ੍ਹਾਈ ਵਧੀਆ ਚੱਲਦੀ ਆ ਵਧੀਆ ਚੱਲਦੀ ਜੀ ਗੀਤ ਸੁਣਾਓ ਜੀ ਫਿਰ ਆਉਂਦਾ ਨਹੀਂ ਕੁਛ ਵੀ ਕਰਕੇ ਦਿਖਾਓ ਜੀ ਫਿਰ ਕਲਾ ਕੋਈ ਵੀ ਫਿਰ ਉਹੀ ਗੱਲ ਹੈ ਵੀ ਮਾੜਾ ਛਪਾਈ ਵਰਦੀ ਦਾ ਜ਼ੋਰ ਕਲਾ ਘੱਟ ਹੈ ਸੂਟ ਸੋਹਣਾ ਪਾਇਆ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਵੀਰੇ ਰਾਮਪਾਲ ਸਿੰਘ ਹੈ ਜੀ ਰਾਮਪਾਲ ਸਿੰਘ ਹਾਂਜੀ ਕੀ ਕਰੋਗੇ ਜੀ ਪੇਸ਼ ਸੌਂਗ ਗਾਉਂਗਾ ਜੀ ਇੱਕ ਸੁਣਾਓ ਵੀਰੇ ਕੀ ਹਾਲ ਹੈ ਤੇਰਾ ਮੁੱਦਤ ਪਿੱਛੋਂ ਟੱਕਰੀ ਏ ਮੈਂ ਵੀ ਬਦਲਿਆ ਹੋਵਾਂਗਾ ਪਰ ਤੂੰ ਵੀ ਵੱਖਰੀ ਏ ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ ਉਹ ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਸਾਂ ਨੀ ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਂ ਜੀ ਨਵਜੋਤ ਗਰਚਾ ਵੀਰੇ ਨਵਜੋਤ ਗਰਚਾ ਹਾਂਜੀ ਬਾਈ ਤੁਸੀਂ ਕਿਹੜਾ ਯਾਰ ਬਾਈ ਬਾਈ ਫਾਈਨਲ ਹੀ ਆ ਬਾਈ ਫਾਈਨਲ ਪੇਪਰ ਦੇਤੇ ਆ ਓਕੇ ਵਧੀਆ ਬਾਈ ਵਧੀਆ ਹੋਰ ਕੀ ਸ਼ੌਂਕ ਹੈ ਬਾਈ ਫੋਟੋਗ੍ਰਾਫੀ ਕਰਦੇ ਹਾਂ ਬਾਈ ਪ੍ਰੋਫੈਸ਼ਨਲ ਫੋਟੋਗ੍ਰਾਫੀ ਹਾਂ ਵੀਰੇ ਵੱਡਾ ਕੈਮਰਾ ਘੈਂਟ ਵਾਲਾ ਵੀਰੇ ਚੱਕਵਾਂ ਕੰਮ ਉਹ ਕਹਿੰਦੇ ਹੁੰਦੇ ਆ ਬਾਈ ਕੈਮਰਾ ਬੰਦੂਕ ਤੇ ਮਸ਼ੂਕ ਮਿੱਤਰੋ ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ ਕੀ ਗੱਲ ਹੈ ਵੀਰੇ ਬਚ ਕੇ ਰਹੀ ਕਿਤੇ ਤੇਰੀ ਵਾਲਾ ਨਾ ਕੋਈ ਲੈ ਜਾਏ ਕੱਢ ਕੇ ਬਾਈ
ਫੋਟੋਗ੍ਰਾਫੀ ਜਿਹੜੀ ਹੁੰਦੀ ਹੈ ਕੈਮਰਾ ਵਧੀਆ ਹੋਵੇ ਤਾਂ ਵਧੀਆ ਹੁੰਦੀ ਹੈ ਕਿ ਬੰਦੇ ਦੀ ਅੱਖ ਵਧੀਆ ਹੋਵੇ ਤਾਂ ਹੁੰਦੀ ਹੈ। ਕਈ ਲੋਕ ਕਹਿੰਦੇ ਆ ਵੀ ਯਾਰ ਇਹਦੇ ਕੋਲ ਵੱਡਾ ਕੈਮਰਾ ਹੈ, ਖਿੱਚੀ ਜਾਂਦਾ ਵਾ, ਠੀਕ ਹੀ ਹੈ, ਵਧੀਆ ਹੈ। ਇਹ ਚੱਕਰ ਹੈ ਕਿ ਬੰਦੇ ਦੀ ਕ੍ਰੀਏਟੀਵਿਟੀ ਹੈ ਨਾ ਬਾਈ, ਗੱਲ ਕ੍ਰੀਏਟੀਵਿਟੀ ਤੇ ਆ ਕੇ ਖੜਦੀ ਆ, ਕੈਮਰੇ ਤਾਂ ਕਾਫੀ ਚੱਕੀ ਫਿਰਦੇ ਆ, ਬਾਕੀ ਬੰਦੇ ਦੇ ਆਪਦੇ ਗੋਣਾ ਕੀ ਲਾਉਂਦਾ ਹਿਸਾਬ ਕਿਤਾਬ। ਉਹ ਅੱਖ ਕੀ ਕਹਿੰਦੀ ਆ ਬੰਦੇ ਦੀ, ਕੀ ਕਹਿੰਦੀ ਆ ਬੰਦੇ ਦੀ, ਕੀ ਗੱਲ ਆ ਵੀਰੇ। ਜੇ ਕੋਈ ਬੰਦੇ ਦੀ ਅੱਖ ਕਵੇ ਨਾ ਬਸ ਫਿਰ ਬਾਈ ਡਾਊਨ ਆ, ਫਿਰ ਡਾਊਨ ਆ, ਨਾ ਨਾ ਬਾਈ ਜਮਾ ਹੀ ਨਹੀਂ। ਥੈਂਕ ਯੂ ਜੀ ਵੀਰੇ। ਥੈਂਕ ਯੂ ਵੀਰੇ। ਥੈਂਕ ਯੂ ਸੋ ਮਚ। ਕੀ ਨਾਮ ਹੈ ਜੀ? ਦੇਵੀ ਬਾਈ। ਦੇਵੀ ਸੁਣਾਓ ਜੀ ਬਾਈ। ਉਹ ਇੱਕ ਕੁੜੀ ਕਾਲਜ ਵਿੱਚ ਸਾਡੇ ਤੇ ਉਹ ਯਾਰੋ ਬਾਲਾ ਹੀ ਮਰਦੀ ਸੀ, ਉਹ ਚੱਕੀ ਫਿਰੇ ਕਿਤਾਬਾਂ ਤੇ ਸਾਨੂੰ ਰੱਬ ਦੀ ਮਰਜ਼ੀ ਸੀ, ਸਾਨੂੰ ਰੱਬ ਦੀ ਮਰਜ਼ੀ ਸੀ। ਉਹ ਇੱਕ ਕੁੜੀ ਕਾਲਜ ਵਿੱਚ ਸਾਡੇ ਤੇ ਉਹ ਯਾਰੋ ਬਾਲਾ ਹੀ ਮਰਦੀ ਸੀ, ਉਹ ਚੱਕੀ ਫਿਰੇ ਕਿਤਾਬਾਂ ਤੇ ਸਾਨੂੰ ਰੱਬ ਦੀ ਮਰਜ਼ੀ ਸੀ, ਸਾਨੂੰ ਰੱਬ ਦੀ ਮਰਜ਼ੀ ਸੀ। ਉਹ ਗੋਗਲ ਲਾ ਕੇ ਆਉਂਦੀ ਸੀ, ਅਸੀਂ ਰੇਬਨ ਲਾਉਂਦੇ ਸੀ ਬਈ, ਕਦੇ ਕਦੇ ਉਹਦੇ ਸੂਟ ਨਾਲ ਦੀ ਪੱਗ ਬਣੇ ਆਉਂਦੇ ਸੀ, ਪੱਗ ਬਣੇ ਆਉਂਦੇ ਸੀ। ਮੈਂ ਕਿਹਾ ਚੱਲ ਕੁਲਚੇ ਕਲਚੇ ਖਾਈਏ, ਉਹ ਮੈਂ ਕਿਹਾ ਚੱਲ ਕੁਲਚੇ ਕਲਚੇ ਖਾਈਏ। ਉਹ ਤਾਂ ਮੈਕਡੋਨਲਡ 'ਚ ਵੜਦੀ ਸੀ, ਉਹ ਯਾਰ ਲੁੱਕ ਲੱਕ ਕੇ ਭੱਜਦੇ ਰਹੇ, ਉਹ ਬਿੱਲ ਆਪੇ ਹੀ ਭਰਦੀ ਸੀ, ਉਹ ਬਿੱਲ ਆਪੇ ਹੀ ਭਰਦੀ ਸੀ। ਉਹ ਯਾਰ ਬੱਬੂ ਮਾਨ ਤੇ ਮਰਦੇ ਸੀ, ਉਹ ਯਾਰ ਬੱਬੂ ਮਾਨ ਤੇ ਮਰਦੇ ਸੀ, ਓਏ ਓਏ ਉਹ ਕਰਦੀ ਸੀ ਉਹਦੀ ਓਏ ਉਹ ਬੰਦ ਕਰਾਤੀ, ਉਹ ਵੀ ਹੁਣ ਮਾਨ ਮਾਨ ਕਰਦੀ ਸੀ, ਮਾਨ ਮਾਨ ਸਮੱਸਿਆ ਜੀ। ਆਪਾਂ ਹੋਰ ਵੀ ਕਰ ਰਹੇ, ਤੁਸੀਂ ਕਿਹਦੇ ਨਾਲ ਜਾਇਓ। ਹੁਣ ਮੇਲਾ ਹੋ ਚੁੱਕਿਆ ਜੀ, ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਇੱਕ ਵਾਰ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ। ਲੁਧਿਆਣਾ ਪੋਲੀਟੈਕਨਿਕ ਕਾਲਜ ਜਿਹੜਾ ਕਿ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਪੈਂਦਾ, ਬਹੁਤ ਸ਼ਾਨਦਾਰ ਕੈਂਪਸ, ਅਤੇ ਹੁਣ ਇੱਥੋਂ ਦੇ ਅਸੀਂ ਸਟਾਫ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਬਹੁਤ ਫਨ ਕੀਤਾ ਸਟੂਡੈਂਟ ਨਾਲ, ਹਜੇ ਮਸਤੀ ਆਪਾਂ ਉਹਨਾਂ ਨਾਲ ਹੋਰ ਵੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਇੱਥੋਂ ਦੇ ਸਾਡੇ ਨਾਲ MD ਸਰ ਨੇ, ਰਾਹੁਲ ਗੁਪਤਾ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ। ਤੁਹਾਡਾ ਕੀ ਸੁਪਨਾ ਸੀਗਾ, ਕੀ ਏਮ ਲੈ ਕੇ ਚੱਲਣਾ? ਇਹ ਕਾਲਜ ਆਪਾਂ ਬੇਸਿਕਲੀ ਸਟਾਰਟ ਕੀਤਾ 2010 ਚ, ਓਕੇ ਜੀ, ਦ ਫਸਟ ਈਅਰ, ਬਟ ਜਿਹੜਾ ਕਾਲਜ ਦਾ ਫਾਊਂਡੇਸ਼ਨ ਸਟੋਨ ਸੀ ਉਹ ਦਸੰਬਰ 7 December 2009 ਨੂੰ ਰੱਖਿਆ ਗਿਆ ਸੀ। ਓਕੇ। ਸੁਪਨਾ ਇਹ ਸੀ ਜੀ ਕਿ ਆਪਾਂ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਵਾਂਗੇ, ਇੰਪਲੋਇਮੈਂਟ ਜਨਰੇਟ ਕਰਾਂਗੇ, ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਨੌਕਰੀਆਂ ਮਿਲ ਸਕਣ। ਅਸੀਂ ਨਾਲ ਦਾ ਆਪਣਾ ਨਾਲ ਹੀ ਡਿਗਰੀ ਕਾਲਜ ਹੈ LCET ਲੁਧਿਆਣਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਉਹ ਆਲਰੇਡੀ ਚੱਲ ਰਿਹਾ ਸੀ, ਉੱਥੇ ਡਿਗਰੀ ਕੋਰਸਿਸ ਸੀਗੇ, ਡਿਪਲੋਮਾ ਕੋਰਸਿਸ ਦੀ ਕਮੀ ਸੀਗੀ, ਤਾਂ ਫਿਰ ਸੋਚਿਆ ਡਿਪਲੋਮਾ ਕੋਰਸਿਸ ਸ਼ੁਰੂ ਕਰ ਲਈਏ, ਤਾਂ ਦੈਟਸ ਵਾਈ ਅਸੀਂ ਸ਼ੁਰੂ ਕੀਤਾ ਜੀ ਡਿਪਲੋਮਾ ਕਾਲਜ। ਜ਼ੋਰਦਾਰ ਤਾੜੀਆਂ, ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਕੈਂਪਸ ਹੈ ਜੀ, ਬਹੁਤ ਵਧੀਆ ਲੱਗਿਆ ਮੈਨੂੰ ਅੱਜ। ਇਸ ਕਾਲਜ ਦੇ ਪ੍ਰਿੰਸੀਪਲ ਸਰ ਹਰਬੰਸ ਸਿੰਘ ਰੰਧਾਵਾ ਸਰ ਮੇਰੇ ਨਾਲ ਨੇ ਜੀ, ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਕਦੋਂ ਤੋਂ ਇਸ ਫੀਲਡ ਦੇ ਵਿੱਚ ਕਦੋਂ ਤੋਂ ਸਰ ਐਜੂਕੇਸ਼ਨ? ਦੇਖੋ ਜੀ, ਐਜੂਕੇਸ਼ਨ ਫੀਲਡ ਦੇ ਵਿੱਚ ਤਾਂ ਮੈਂ ਥੋੜ੍ਹੇ ਸਮੇਂ ਤੋਂ ਹਾਂ ਜੀ, ਬਟ ਮੈਨੂੰ ਮਾਣ ਹੈ ਕਿ ਮੈਂ ਇਸ ਕਾਲਜ ਦਾ ਫਾਊਂਡਿੰਗ ਪ੍ਰਿੰਸੀਪਲ ਹਾਂ ਜੀ। 2010 ਤੋਂ ਮੈਂ ਲਗਾਤਾਰ ਇਸ ਇੰਸਟੀਚਿਊਟ ਨੂੰ ਹੈਡ ਕਰ ਰਿਹਾ, ਔਰ ਮੈਂ ਸਮਝਦਾ ਕਿ ਜੋ ਸਾਡੀਆਂ ਐਕਸਪੈਕਟੇਸ਼ਨਸ ਨੇ ਉਹਦੇ ਮੁਤਾਬਕ ਸਾਨੂੰ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਨੇ। ਥੈਂਕ ਯੂ ਸੋ ਮਚ। ਕੀ ਨਾਮ ਤੁਹਾਡਾ? ਜਸਪ੍ਰੀਤ ਕੌਰ। ਡਿਪਾਰਟਮੈਂਟ ਕਿਹੜਾ ਤੁਹਾਡਾ? ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਪਾਰਟਮੈਂਟ ਤੋਂ ਹਾਂ ਮੈਂ। ਓਕੇ ਜੀ, ਹਾਂਜੀ। ਅਤੇ ਤੁਸੀਂ ਸ਼ੌਂਕ ਜੀ, ਤੁਹਾਡੇ ਹੋਬੀਜ਼? ਮੇਰੇ ਸ਼ੌਂਕ ਹੈਗੇ ਨੇ, ਮੈਨੂੰ ਪੈਟਸ ਦਾ ਬਹੁਤ ਸ਼ੌਂਕ ਹੈ, ਮੈਂ ਉਹਨਾਂ ਦੀ ਬਹੁਤ ਕੇਅਰ ਕਰਦੀ ਹਾਂ। ਕੁੱਤਿਆਂ ਦਾ? ਇਹ ਚੰਡੀਗੜ੍ਹ ਵੀ ਜਿਹੜੀਆਂ ਰਹਿੰਦੀਆਂ ਨੇ ਜੀ ਮਾਡਰਨ ਜੀਆਂ, ਇਹ ਕੁੱਤਿਆਂ ਨੂੰ ਬਹੁਤ ਸ਼ੌਂਕ ਲੱਗਦੀ ਮੇਰੇ ਕਿ ਘਰ ਵਾਲੇ ਤਾਂ ਐਂ ਹੁੰਦੇ ਆ, ਬਸ ਐਂ ਖੜੇ ਹੁੰਦੇ ਜੀ। ਕੀ ਲਿਆਉਣਾ ਸਮਾਨ? ਕੁੱਤਾ ਗੋਦੀ ਚੱਕਦਾ ਉਹ ਪੁੱਛੂ, ਉਹ ਇਹਨਾਂ ਬੰਦਿਆਂ ਤੋਂ ਨਹੀਂ ਜੈਲਸੀ ਕਰਦੇ ਜਿੰਨਾ ਕੁੱਤੇ ਨੂੰ ਜੈਲਸੀ ਕਰੀ ਜਾਂਦੀ ਹੈ। ਉਹ ਐਂ ਕਹਿੰਦੇ ਵੀ ਯਾਰ ਆਹ ਗੋਦੀ 'ਚ ਅਸੀਂ ਕਿੱਥੇ ਹੈ। ਘਰੇ ਰੱਖੇ ਤੁਸੀਂ? ਹਾਂਜੀ। ਕਿੰਨੇ ਕੁ ਰੱਖੇ ਜੀ? ਮੇਰੇ 7-8 ਹੈਗੇ ਨੇ, ਸਟ੍ਰੇਟ ਡੋਗਸ ਨੇ। 7-8 ਕੁੱਤੇ ਰੱਖੇ ਜੀ ਘਰੇ? ਸਟ੍ਰੇਟ ਡੋਗਸ ਨੇ, ਮੈਂ ਉਹਨਾਂ ਦੀ ਬਹੁਤ ਕੇਅਰ ਕਰਦੀ ਹਾਂ। ਅੱਛਾ ਜੀ। ਉਹ ਫੈਮਿਲੀ ਮੈਂਬਰ ਕਿੰਨੇ ਹੋ ਤੁਸੀਂ? ਫੈਮਿਲੀ ਮੈਂਬਰ ਸ਼ ਮੋਮ ਡੈਡ ਬ੍ਰਦਰ ਭਾਬੀ ਜੀ ਔਰ ਮੈਂ। ਅੱਛਾ, ਫੈਮਿਲੀ ਮੈਂਬਰ 5 ਅਤੇ ਕੁੱਤੇ 7, ਮਤਲਬ ਕਿ ਤੁਹਾਡੀਆਂ ਰੋਟੀਆਂ ਬਣਦੀਆਂ ਹੋਣੀਆਂ 25-30, ਉਹ ਖਾਂਦੇ ਹੋਣੀ 70-75 ਰੋਟੀ। ਨਹੀਂ, ਦੁੱਧ ਨਾਲ ਵੀ ਕੰਮ ਚੱਲਦਾ, ਦੁੱਧ ਵੀ ਬਹੁਤ ਮਤਲਬ ਕਿ ਉਹਨਾਂ ਨਾਲ ਵੱਧ ਹੋਣਾ ਹੀ ਖਰਚਾ ਮੇਰੇ ਹਿਸਾਬ ਨਾਲ, ਪਰਿਵਾਰ ਨਾਲ। ਹਾਂਜੀ, ਹੋ ਜਾਂਦਾ। ਚਲੋ ਵਧੀਆ ਜੀ, ਸ਼ੌਂਕ ਹੈ ਜੀ ਪੰਜਾਬੀਆਂ ਦੇ, ਜਿਹੜਾ ਮਰਜ਼ੀ ਸ਼ੌਂਕ ਪਾ ਲਓ, ਕਿਸੇ ਨੂੰ ਹਥਿਆਰਾਂ ਦਾ, ਕਿਸੇ ਨੂੰ ਕੁੱਤਿਆਂ ਦਾ। ਥੈਂਕ ਯੂ ਸੋ ਮਚ ਜੀ, ਬਹੁਤ ਲੱਗੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਆਈ ਐਮ ਸੁਰਲੀਨਾ।
ਬੜੇ ਮਿੱਠੇ ਜਿਹੇ ਬੋਲਦੇ ਹੋ ਜੀ। ਇਹ ਜ਼ਰੂਰ ਬੱਚੇ ਕਲਾਸ ਲਾਉਂਦੇ ਹੁਣ ਵੀ ਸੁਰਲੀਨਾ ਮੈਮ ਦੀ ਕਲਾਸ ਲਾਉਣੀ ਹੀ ਲਾਉਣੀ ਹੈ। ਨਹੀਂ ਐਕਚੁਅਲੀ ਮੈਂ ਹਲੇ ਨਿਊ ਆ ਥੋੜੀ ਜੀ। ਅੱਛਾ ਜੀ, ਤਾਂ ਇਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ। ਹਾਂਜੀ ਹਾਂਜੀ, ਹੌਲੀ ਹੌਲੀ ਇਹਨਾਂ ਨੂੰ ਪਤਾ ਦੱਸਿਓ ਜੀ ਆਪਣਾ। ਹਾਂ ਮੈਂ ਮਿੱਠਾ ਬੋਲਦੀ ਵੀ ਆ ਤੇ ਸਿੱਧੇ, ਹਾਂ ਸਿੱਧਾ ਕਰਦੀ ਵੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਲੁਧਿਆਣਾ। ਲੁਧਿਆਣੇ ਤੋਂ। ਗੀਤ ਸੁਣਾਓ ਜੀ ਤੁਸੀਂ। ਨਵੇਂ ਨਵੇਂ ਲੱਭਦੇ ਤਰੀਕੇ ਸੋਹਣਿਆ, ਚੰਗੇ ਨੀ ਜੋ ਕਰਦੇ ਸਲੀਕੇ ਸੋਹਣਿਆ, ਜੇ ਦਿਲ ਦਿੱਤਾ ਤੈਨੂੰ ਹਰ ਚੰਨ ਵੇ, ਤੋ ਮਿੱਠੇ ਬੋਲ ਤਾਂ ਹਰਿਆ ਕਰ, ਕੁੜੀ ਮਾਰੀ ਦੀਆ ਤੇਰੇ ਤੇ ਵੇ, ਤੂੰ ਥੋੜਾ ਜਿਹਾ ਤਾਂ ਮਰਿਆ ਕਰ, ਹਲੇ ਨਵਾਂ ਨਵਾਂ ਪਿਆਰ ਸੋਹਣਿਆ, ਬਹੁਤੀ ਅੜੀ ਵੀ ਨਾ ਕਰਿਆ ਕਰ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਉਹ ਮੁੰਡਾ ਮਰਦਾ ਏ ਤੇਰੇ ਤੇ, ਤੂੰ ਰਿਪਲਾਈ ਹੀ ਤਾਂ ਕਰਿਆ ਕਰ। ਤੁਹਾਡਾ ਨਾਂ ਜੀ? ਮੀਨੂ ਵਰਮਾ। ਮੀਨੂ ਵਰਮਾ, ਤੁਸੀਂ ਵੀ ਲੁਧਿਆਣੇ ਤੋਂ ਜੀ? ਯੈਸ। ਠੀਕ ਹੈ ਜੀ, ਠੀਕ ਹੈ ਜੀ। ਤੁਹਾਡੇ ਸ਼ੌਂਕ ਜੀ? ਮੇਰੇ ਸ਼ੌਂਕ ਸ਼ਾਪਿੰਗ। ਓਹੋ ਹੋ, ਹਾਂਜੀ। ਨੱਚਣਾ ਤੇ ਨਚਾਣਾ। ਨੱਚਣਾ ਤੇ ਨਚਾਣਾ, ਆ ਦੂਜਾ ਸ਼ੌਂਕ ਕੱਪਾ। ਨੱਚਣਾ ਤਾਂ ਠੀਕ ਹੈ ਪਰ ਨਚਾਣਾ, ਮੈਂ ਗੀਤ ਗਾਉਣਾ ਜੀ, ਤੁਸੀਂ ਨੱਚੋ ਜੀ, ਠੀਕ ਹੈ ਜੀ, ਤੁਸੀਂ ਸਾਥ ਦਿਓ ਜੀ ਸਾਰੇ ਜਣੇ। ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ। ਨਹੀਂ ਨਹੀਂ ਇਹ ਨਹੀਂ ਜੀ, ਜਾਂ ਤਾਂ ਪਹਿਲਾਂ ਤੁਸੀਂ ਕਿਹਾ ਵੀ ਹੁਣ ਮੈਂ ਨੱਚਾਂਗੀ, ਭੰਗੜਾ ਕਰਦੇ ਨੇ। ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ, ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ, ਨੀ ਦਿਲ ਜਿੱਤਾ ਨੀ ਸੀ ਠੋਕਰਾਂ ਲਵਾਉਣ ਵਾਸਤੇ, ਤੇਰੇ ਨਾਲ ਲਾਈਆਂ ਸੀ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਕਸ਼ਮੀਰ ਤੋਂ ਆਏ ਤੁਸੀਂ? ਨਹੀਂ, ਲੁਧਿਆਣੇ ਤੋਂ ਹੀ। ਇਹ ਫਿਰ ਘਰ ਦੇ ਕੱਢਦੇ ਨਹੀਂ ਮੈਨੂੰ ਲੱਗਦਾ। ਹੈ ਜੀ, ਜਦੋਂ ਕਿਤੇ ਥਮਸ ਅਪ ਪੀਂਦੇ ਹੋਣਗੇ ਐਂ ਜਾਂਦਾ। ਰਿਸ਼ਤੇਦਾਰ ਕਹਿੰਦੇ ਹੋਣੇ ਉਹ ਗਿਆ ਵੀ ਸਾਰੇ ਗਏ। ਸ਼ੌਂਕ ਜੀ? ਸਿੰਗਿੰਗ, ਡਾਂਸਿੰਗ। ਪਹਿਲਾਂ ਗਾਣਾ ਸੁਣਾਓ ਜੀ। ਜ਼ੂਏ ਜ਼ਾਲਮਾ ਵੇ ਤੂੰ ਨਾ ਸਾਰ ਲੈਂਦਾ, ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ, ਨੀਂਦਾਂ ਮੇਰੀਆਂ ਤੇਰਿਆਂ ਸੁਪਨਿਆਂ ਨੇ, ਵਾਰ ਵਾਰ ਵੇ ਵੈਰੀਆਂ ਢੁੰਗੀਆਂ ਨੇ, ਬੇਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ, ਸਰਤਾਜ ਰੀਚਾਂ ਸੂਲੀ ਟੰਗੀਆਂ ਨੇ, ਅਸੀਂ ਫਿਰ ਵੀ ਚੁੰਨੀਆਂ ਚਾਵਾਂ ਦੀਆਂ, ਤੇਰੇ ਚਿਹਰੇ ਦੇ ਵਰਗੀਆਂ ਰੰਗੀਆਂ ਨੇ। ਹੋ ਮੇਰਿਆ ਚੰਨਣਾ ਚੰਨਣਾ ਵੇ ਦੱਸ ਤੂੰ ਕੀ ਕਣ, ਮੰਨਣਾ ਵੇ ਕਾਤੋਂ ਲਾਈਆਂ ਨੇ ਦੇਰਾਂ ਵੇ, ਮੈਂ ਪਈ ਕੇਰਾਂ ਤੈਨੂੰ ਹੱਥਾਂ ਪਈ ਮਾਰਾਂ, ਹਜ਼ਾਰਾਂ ਪਾਣੀ ਰਾਵੀ ਦਾ ਵਗਦਾ ਤੇਰਾ ਚੇਤਾ, ਵੀ ਠੱਗਦਾ ਤੇਰਾ ਚੀਰਾ, ਰੰਗਵਾਵਾਂ ਬਣ ਕੇ ਸ਼ੀਸ਼ਾ, ਬਹਿ ਜਾਵਾਂ ਤੇਰੇ ਸਾਹਮਣੇ ਉਹ ਚੰਨਣਾ ਜੇ ਤੂੰ ਆਵੇਂ, ਹੋ ਚੰਨਣਾ ਵੇ ਗੱਲ ਸੁਣ ਚੱਲਿਆ ਛੱਲਿਆ ਵੇ ਕਿਹੜਾ ਵਤਨਾ, ਮੱਲਿਆ ਵੇ ਛੱਲਾ ਬੇੜੀ ਦਾ ਬੂਰੇ ਵਤਨ ਮਾਈਏ, ਦਾ ਦੂਰੇ ਜਾਣਾ ਪਹਿਲੇ ਹੀ ਪੂਰੇ ਚੀਰੇ ਵਾਲਿਆ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਜੀ? ਤਰਵੀਨ ਕੌਰ। ਤਰਵੀਨ ਕੌਰ, ਤੁਸੀਂ ਕੀ ਕੀ ਦੇਖਦੇ ਹੋ ਇੱਥੇ? ਮੈਂ ਬੇਸਿਕਲੀ ਐਚਓਡੀ ਆ ਇਲੈਕਟ੍ਰੀਕਲ ਡਿਪਾਰਟਮੈਂਟ ਦੀ, ਬਾਕੀ ਮੈਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਉਹ ਸਾਰੀਆਂ ਦੇਖਦੀ ਹਾਂ। ਹਾਂਜੀ ਹਾਂਜੀ, ਥੋੜ੍ਹਾ ਰੰਗ ਕਾਲਾ, ਧੁੱਪੇ ਫਿਰ ਫਿਰ ਕੇ ਕਾਲਾ ਹੀ ਹੋ ਗਿਆ, ਮੇਰੇ ਘਰਦਿਆਂ ਨੇ ਵੀ ਨਹੀਂ ਪਹਿਚਾਣਨਾ ਵੀ ਉਹੀ ਹੈ ਕਿ ਨਹੀਂ। ਬਸ ਬਿੱਲ ਬਣਾ ਦੇ ਵੀ ਆਹ ਕਰੀਮਾਂ ਲੈ ਉਹ। ਹਾਂ ਡੈਫੀਨੇਟਲੀ, ਉਹ ਤਾਂ ਮੈਂ ਹੁਣੇ ਸੋਚ ਰਹੀ ਸੀ, ਟੈਨਿੰਗ ਹੋ ਗਈ, ਫੇਸ਼ੀਅਲ ਕਰਾਉਣਾ, ਮੈਂ ਫੇਸ਼ੀਅਲ ਕਰਾਉਣਾ ਹੋਰ ਬਸ ਕੋਈ ਹਜ਼ਾਰ ਬੰਦ ਦੀ ਗੱਲ ਹੈ ਜੀ। ਹਾਂਜੀ ਹਾਂਜੀ ਡੈਫੀਨੇਟਲੀ ਜੀ। ਤੁਹਾਡੇ ਸ਼ੌਂਕ ਜੀ? ਮੇਰਾ ਸ਼ੌਂਕ ਮਾੜੀ ਮੋਟੀ ਐਂਕਰਿੰਗ ਕਰਨਾ। ਤੁਸੀਂ ਕੰਟੀਨੀ ਮੰਡੀਰ ਦੇ ਹੋਸਟ ਹੋ ਤੇ ਮੈਂ ਸੁਣ ਲਓ ਜੀ ਸਾਰੇ ਜਾਣੇ। ਹਾਂਜੀ ਹਾਂਜੀ, ਮੈਂ ਇੱਕ ਕੁੜੀ ਹਾਂ ਜੀ, ਜਿਵੇਂ ਹੈ ਨਾ, ਜਿਵੇਂ ਆਹ ਖੜੀਆਂ ਜੀ ਭੋਲੀਆਂ, ਜਿਹੜੀਆਂ ਸਿਰਫ ਇੱਥੇ ਹੀ ਭੋਲੀਆਂ ਜੀ ਘਰੇ ਨਹੀਂ, ਹੈ ਨਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਕਰਦੇ ਆ ਕੈਂਟੀਨੀ ਮੰਡੀਰ, ਜਿਹੜੀ ਕਿ ਅੱਜ ਪਹੁੰਚ ਚੁੱਕੀ ਹੈ ਲੁਧਿਆਣਾ ਪੋਲੀਟੈਕਨਿਕ ਕਾਲਜ, ਚੰਡੀਗੜ੍ਹ ਲੁਧਿਆਣਾ ਹਾਈਵੇ 'ਚ। ਜ਼ੋਰਦਾਰ ਤਾਲੀ ਨਾਲ ਸਵਾਗਤ ਕਰੋ। ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਰੰਗਾ ਰੰਗ ਮੰਚ ਬਣਿਆ ਹੋਇਆ, ਵਿਦਿਆਰਥੀ ਬਹੁਤ ਉਤਸ਼ਾਹਿਤ ਨੇ, ਤੇ ਇੱਕ ਬੜੀ ਸੋਹਣੀ ਜਿਹੀ ਕੁੜੀ ਮੈਨੂੰ ਟੇਢੀ ਟੇਢੀ ਅੱਖਾਂ ਨਾਲ ਦੇਖਦੀ ਹੈ। ਤੂੰ ਉਰੇ ਆ ਜਾ ਕੁੜੀਏ, ਆਪਾਂ ਤੇਰੇ ਨਾਲ ਗੱਲ ਕਰਦੇ ਹਾਂ। ਨਾ ਤੇਰੇ ਬੇਬੇ ਕੁਛ ਨਹੀਂ ਕਹਿੰਦੀ ਹੈ, ਤੂੰ ਇੱਧਰ ਦਾ ਹੋਰ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਤਾਂ ਬੁਲਾ ਦਿਓ, ਇੰਨੀ ਦੂਰੋਂ ਆਏ ਹਾਂ ਤੁਹਾਡੇ ਕਾਲਜ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਤੀ। ਹੋਰ ਜੀ ਘਰ 'ਚ ਕੌਣ ਕੌਣ ਹੈ?
ਮੰਮੀ ਨੇ ਮਨਾ ਕੀਤਾ ਉੱਥੇ ਜਾ ਕੇ ਬੋਲਣਾ ਨਹੀਂ ਹੈਗਾ? ਘਰ ਚ ਸਾਰੇ ਹੈ ਜੀ, ਸਾਰੇ ਮੰਮੀ, ਡੈਡੀ, ਬੇਬੇ, ਬਾਪੂ, ਕਾਕਾ, ਕਾਕੀ, ਹੋਰ ਇੰਨੇ ਹੁੰਦੇ ਜੀ। ਤੁਹਾਡੇ ਕਿੰਨੇ ਹੁੰਦੇ ਜੀ? ਸਾਡਾ ਤਾਂ ਬਹੁਤ ਵੱਡਾ ਟੱਪਰ ਹੈ। ਹੋਰ ਸ਼ੌਂਕ ਕੀ ਹੈ? ਸ਼ੌਂਕ ਜੀ, ਆ ਜਿਹੜੀ ਕੁੜੀ ਜ਼ਿਆਦਾ ਸ਼ਰਮਾਉਂਦੀ ਨੇ ਨਾ, ਉਹ ਗਾਣੇ ਬਹੁਤ ਵਧੀਆ ਗਾਉਂਦੀਆਂ। ਮੈਨੂੰ ਵਧੀਆ ਜਿਹਾ ਘੈਂਟ ਜਿਹਾ ਗਾਣਾ ਗਾ ਕੇ ਸੁਣਾ। ਮੈਂ ਨੀ, ਮੈਨੂੰ ਗਾਣ ਦਾ ਨੀ ਜੀ ਸ਼ੌਂਕ। ਫਿਰ ਬਾਪੂ ਨੇ ਮਨਾ ਕੀਤਾ ਕਿ ਬੇਬੇ ਨੇ ਮਨਾ ਕੀਤਾ? ਕੀ ਜੀ? ਗਾਣਾ ਗਾਉਣ ਨੂੰ? ਨਹੀਂ ਨਹੀਂ, ਉਹ ਕੁਛ ਨੀ ਕਹਿੰਦੇ ਜੀ, ਉਹਨਾਂ ਦੀ ਤਾਂ ਮੈਂ ਰਾਣੀ ਹੀਰਾ ਜੀ। ਰਾਣੀ ਹੀਰਾ? ਮੈਨੂੰ ਪੁੱਤਾਂ ਵਾਂਗੂ ਪਾ ਲਿਆ ਜੀ ਉਹਨਾਂ ਨੇ। ਮੈਂ ਆਹੀ ਪੁੱਤਾਂ ਦਾ ਗਾਣਾ ਹੀ ਸੁਣਾ ਦੇ, ਪੁੱਤਾਂ ਵਾਂਗੂ ਪਾਲੀ ਮਾਪਿਆਂ ਨੇ, ਉਹੀ ਗਾਣਾ ਸੁਣਾ ਦੇ ਮੈਨੂੰ। ਤੁਸੀਂ ਗਾ ਦਿਓ ਜੀ। ਤੈਨੂੰ ਕਿਸੇ ਮੁੰਡੇ ਨੇ ਇੱਥੇ ਤੰਗ ਤਾਂ ਨਹੀਂ ਕੀਤਾ? ਲਾ ਮੈਂ ਨੀ ਡਰਦੀ ਟੁਰਦੀ, ਮੈਂ ਭੜਕਾ ਦੇਣੀ ਆ, ਭੜਕਾ ਕੇ ਬਾਹਰ ਮਾਰਨੀ ਆ ਸਾਰੇ। ਹਾਂ, ਉਹ ਬੋਲਦੀ ਨਹੀਂ, ਪਰ ਜੇ ਕੋਈ ਬੋਲੇ ਫਿਰ ਭੜਕਾ ਦੇਣੀ ਆ। ਜਿਵੇਂ ਸਪੋਜ਼ ਕਰੋ ਮੈਂ ਮੁੰਡਾ, ਮੈਂ ਤੈਨੂੰ ਤੰਗ ਕਰਨ ਆ ਰਹੀ ਹਾਂ, ਤੂੰ ਮੈਨੂੰ ਗਾਲਾਂ ਕੱਢਦੀ ਆ, ਠੀਕ ਆ? ਠੀਕ ਆ। ਹਾਂ ਬਈ, ਨਿਊ ਐਡਮਿਸ਼ਨ ਹੈ, ਕਿਹੜੇ ਪਿੰਡ ਤੋਂ? ਇੰਨਾ ਸੋਹਣਾ ਸੂਟ ਪਾਇਆ, ਆ ਕਾਲੇ ਰੰਗ ਦਾ ਮਫਲਰ ਵੀ ਚੱਕਿਆ, ਦੱਸੋ ਬਈ। ਤੁਹਾਡੇ ਘਰੇ ਧੀ ਪੈਣ ਨਹੀਂ ਹੈ? ਮੇਰਾ ਮਨਦੀਪ ਕਿੰਨੇ ਚਿਰ ਹੋ ਗਏ ਇੱਥੇ ਪੜ੍ਹਾਉਂਦੇ ਨੂੰ ਮੈਨੂੰ ਇੱਕ ਸਾਲ ਹੋ ਚੁੱਕਿਆ ਇੱਕ ਸਾਲ ਹੋ ਜਾਵੇ ਵਧੀਆ ਲੰਘੇ ਸਾਲ ਹਾਂਜੀ ਹਾਂਜੀ ਕਾਲਜ ਵਗੈਰਾ ਤੁਸੀਂ ਕਾਲਜ ਕਿੱਦਾਂ ਦਾ ਜੀ ਬਹੁਤ ਵਧੀਆ ਮਾਹੌਲ ਆ ਮਤਲਬ ਬਹੁਤ ਫਰੈਂਡਲੀ ਨੇ ਸਾ
ਜਾਂ ਕੋਈ ਕਿਸੇ ਟੀਚਰ ਦੇ ਨਾਲ ਕਦੇ ਮਿਸ ਕਮਿਊਨੀਕੇਸ਼ਨ? ਹਾਂ ਇਹ ਹੋਈ ਹੈ ਜੀ ਕਦੇ? ਬਹੁਤ ਵਾਰ ਜੀ। ਇਹ ਜਿਹੜਾ ਹੁੰਦਾ ਤੁਹਾਡੇ ਨਾਲ ਮਿਸ ਕਮਿਊਨੀਕੇਸ਼ਨ, ਇਹ ਤੁਹਾਡੇ ਨਾਲ ਕੀ ਹੁੰਦਾ, ਮੁੰਡੇ ਨਾਲ ਹੁੰਦਾ? ਪਤਾ ਨਹੀਂ ਜੀ, ਸਾਡੇ ਨਾਲ ਕੋਈ ਮਿਸ ਕਮਿਊਨੀਕੇਸ਼ਨ ਨਹੀਂ ਹੁੰਦੀ। ਮੁੰਡਾ ਕਹਿੰਦਾ ਮੈਂ ਨਹੀਂ ਬੁਲਾਉਣਾ, ਕਹਿੰਦਾ ਨਾ ਬੁਲਾ। ਚੌਥੇ ਦਿਨ ਉਹੀ ਮੁੰਡਾ ਆ ਜਾਂਦਾ, ਬਾਈ ਕਿੱਦਾਂ ਬਾਈ, ਵਧੀਆ ਯਾਰ ਤੂੰ ਸੁਣਾ। ਈਗੋ ਨਹੀਂ ਨਾ ਹੁੰਦੀ ਬੁਆਇਜ਼ ਦੇ ਵਿੱਚ, ਗਰਲਜ਼ ਦੇ ਵਿੱਚ ਹੁੰਦੀ ਹੈ। ਕੁੜੀਆਂ ਨੂੰ ਮਾੜਿਆ ਦੂਜੀ ਕਹਦੇ ਵੀ ਵੀ ਮੈਂ ਨਹੀਂ ਤੈਨੂੰ ਬੁਲਾਉਂਦੀ, ਉਹ 2 ਸਾਲ ਜੇ ਉੱਧਰ ਆਉਂਦੀ ਹੋਵੇ ਉੱਧਰ ਨਹੀਂ ਮੈਂ ਜਾਂਦੀ, ਮੈਂ ਉਹਨਾਂ ਦੀ ਨਹੀਂ ਜਾਂਦੀ। ਜੇ ਮੁੰਡਾ ਕੋਈ ਦੂਜਾ ਮੁੰਡਾ ਬੁਲਟ ਲੈ ਵੇ, ਮੁੰਡਾ ਕਹਿੰਦਾ ਬਾਈ ਯਾਰ ਗੇੜੀ ਦਾ ਦਬਾਅ ਫਿਰ। ਜੇ ਕੁੜੀ ਕਿਤੇ ਮਹਿੰਗੀ ਸਕੂਟੀ ਲੈ ਵੇ, ਉੱਧਰ ਨਹੀਂ ਝੋਕਦੀ ਮੈਂ, ਉਹ ਕੀ ਲਈ ਹੈ ਬਿੱਕੀ ਚਿੱਟੀ ਜੀ ਮੂਈ 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 ਐਂ ਹੁੰਦਾ ਨਾ ਜੀ। ਕੁੜੀਆਂ ਮੇਰੇ ਹਿਸਾਬ ਨਾਲ ਜੀ ਜੈਲਸੀ ਕਰਦੀਆਂ, ਬਹੁਤ ਕਰਦੀਆਂ। ਇਹ ਕਿਉਂ ਜੀ? ਪਤਾ ਨਹੀਂ। ਫੇਰ ਵੀ ਜੀ ਇਹ ਤਾਂ ਜੀ ਜੈਲਸੀ ਫੈਕਟਰ ਮੈਨੂੰ ਲੱਗਦਾ ਰੱਬ ਨਹੀਂ ਪਾ ਕੇ ਭੇਜਿਆ ਵਾ। ਹਾਂ ਹਾਂਜੀ ਹਾਂਜੀ, ਕੀ ਕਹਿੰਦੇ ਹੁੰਦੇ ਨੇ ਮੈਨੂਫੈਕਚਰਿੰਗ ਡਿਫੈਕਟ ਹੁੰਦਾ ਗਰਲਸ ਦੇ ਵਿੱਚ, ਇੱਕ ਜੈਲਸੀ। ਪੈਂਟ ਪਾ ਦੇ ਉਹ ਕਾਲਜ ਜਾ ਕੇ ਦੱਸਦਾ ਨਹੀਂ ਕਦੇ ਵੀ ਵੀ ਇਹ ਪੈਂਟ ਜੇ ਥੋੜਾ ਕਿਤੇ ਮਾੜਾ ਜਿਹਾ, ਮੈਂ ਕਹਿੰਦਾ ਨੌ ਪਾਲਿਸ਼ ਵੀ ਲਾ ਲੈ ਨਾ, ਉਹ ਦੂਜਿਆਂ ਨੂੰ ਦੱਸਦੀ ਫਿਰਦੀ ਹੈ। ਉਹ ਜਿਹੜੀ ਨੌ ਪਾਲਿਸ਼ ਨਹੀਂ ਦੇਖੀ, ਉਹ ਰਿਧੀਮਾ ਨੇ ਜਸਪ੍ਰੀਤ ਦੀ ਲਾਈ, ਉਹ ਜਸਪ੍ਰੀਤ ਨੂੰ ਅੱਗੋਂ 10 ਜਣੇ ਮਿਹਣੇ ਮਾਰਦੇ ਆ ਲਾ ਕੇ, ਰਿਧੀਮਾ ਦਾ ਨੌ ਪਾਲਿਸ਼ ਆ ਸਾਡੇ ਕਿ ਟੱਪਦੀ ਫਿਰਦੀ। ਚਲੋ ਵਧੀਆ ਜੀ, ਇਹ ਕਿੱਸੇ ਹੁੰਦੇ ਰਹਿੰਦੇ ਮੁੰਡੇ ਕੁੜੀਆਂ ਦੇ, ਪਰ ਬਾਕੀ ਕੁੜੀਆਂ ਉਹ ਸਿਆਣੀਆਂ ਹੁੰਦੀਆਂ, ਬਹੁਤ ਸਿਆਣੀਆਂ ਹੁੰਦੀਆਂ, ਬਹੁਤ ਸਿਆਣੀਆਂ ਹੁੰਦੀਆਂ ਨੇ। ਨਹੀਂ ਪਰ ਜਿਹੜੇ ਘਰ ਚ ਕੁੜੀ ਨਹੀਂ, ਦੇਖ ਲਓ ਜੀ ਘਰ ਕੁੜੀਆਂ ਬਿਨਾਂ ਨਹੀਂ ਚੱਲਦਾ। ਮੈਂ ਉਹੀ ਗੱਲ ਕਹਿਣ ਲੱਗਾ, ਅਸੀਂ 2 ਭਰਾ, ਘਰ ਦਾ ਪਤਾ ਨਹੀਂ ਹੁੰਦਾ, ਭਾਂਡਾ ਨਾ ਸਾਨੂੰ ਭਾਂਡਾ ਪਤਾ, ਨਾ ਚਾਹ ਪਤਾ, ਨਾ ਕੁਛ ਨਹੀਂ ਪਤਾ, ਪਰ ਜਿਹੜੇ ਘਰ ਚ ਕੁੜੀ ਹੁੰਦੀ ਹੈ ਇੱਕ ਮਾਹੌਲ ਹੁੰਦਾ, ਇੱਕ ਕੱਪੜੇ ਸਿਸਟਮੈਟਿਕ ਆਰਡਰ ਹੁੰਦਾ, ਸਾਡੇ ਤਾਂ ਉੱਥੇ ਹੀ ਤੌਲੀਏ ਉੱਥੇ ਹੀ ਸ਼ਰਟਾਂ, ਮਤਲਬ ਕਿ ਲੋਕ ਉਹੀ ਕਹਿੰਦੇ ਵੀ ਚਿੜੀਆ ਘਰ ਦੇਖਣਾ, ਮੈਂ ਕਹਿੰਦਾ ਸਾਡੇ ਘਰ ਆ ਜਾਓ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗੀ ਗੱਲ ਕਰਕੇ। ਤੁਹਾਡਾ ਨਾਂ ਜੀ? ਮੇਰਾ ਨਾਂ ਸਤਵਿੰਦਰ ਜੀ, ਇਹ ਹਰਦੀਪ ਸਿੰਘ। ਹਰਦੀਪ ਸਿੰਘ? ਅੱਛਾ ਸਿੰਘ। ਗੁਰਪ੍ਰੀਤ ਸਿੰਘ? ਇਹਨਾਂ ਦੀ ਜੌਬ ਹੀ ਐਸੀ ਹੈ ਵੀ ਜੇ ਇਹਨਾਂ ਨੂੰ ਕੋਈ ਨਾਂ ਪੁੱਛੇ ਕੀ ਨਾਂ, ਸਤਵਿੰਦਰ ਸਿੰਘ, ਇਹ ਪਿਆਰ ਨਾਲ ਬੋਲਦੇ ਹੀ ਨਹੀਂ। ਅੱਛਾ, ਮੈਂ ਜਦੋਂ ਸਵੇਰੇ ਆਇਆ ਇਹਨਾਂ ਨੇ ਮੈਨੂੰ ਦੇਖਿਆ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ, ਪਰ ਮੈਨੂੰ ਐਂ ਲੱਗਿਆ ਵੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਐਂ ਬੁਲਾਈ ਸੀਗੀ, ਮੈਂ ਸਤਿ ਸ਼੍ਰੀ ਅਕਾਲ ਬੁਲਾਈ ਹੈਗਾ, ਇਹਨਾਂ ਦਾ ਰਿਪਲਾਈ ਆਇਆ ਸੀਗਾ ਅੱਛਾ ਤੂੰ ਹੈ ਆ ਜਾ ਨਾਲ, ਉਹ ਭਾਅ ਜੀ ਸੀ, ਉਹ ਭਾਅ ਜੀ ਨੂੰ ਮੈਂ ਕਿਹਾ ਬਾਈ ਠੀਕ ਠਾਕ ਹੋ? ਠੀਕ ਹੀ ਹਾਂ, ਪਰ ਉਹ ਸਮਾਈਲ ਰਹੀ ਚਿਹਰੇ 'ਤੇ, ਤੁਹਾਡਾ ਬਹੁਤ ਚਾਰਾਂ ਦਾ ਥੈਂਕ, ਬਹੁਤ ਵਧੀਆ ਲੱਗਿਆ ਤੁਹਾਡਾ ਮਿਲ ਕੇ, ਚਾਰਾਂ ਨਾਲ ਥੈਂਕ ਯੂ ਸੋ ਮਚ, ਥੈਂਕ ਯੂ ਥੈਂਕ ਯੂ। ਇਹ ਹੌਲੀ ਜੀ ਕਹਿੰਦੇ ਸੀਗੇ ਵੀ ਜੇ ਟੀ ਵੀ 'ਤੇ ਨਾ ਆਏ ਵੱਢਾਂਗੇ ਵੱਢਾਂਗੇ। ਚਲੋ ਜੀ ਤੁਸੀਂ ਇੰਜੋਏ ਕਰੋ ਜੀ ਹੁਣ ਡਾਂਸ। ਹਾਂਜੀ
ਸੋ ਜੀ ਜਾਣ ਨੂੰ ਦਿਲ ਨਹੀਂ ਕਰਦਾ ਪਰ ਜਾਣਾ ਪੈਣਾ ਅੱਜ ਦਾ ਸਫ਼ਰ ਆਪਾਂ ਇੱਥੇ ਖਤਮ ਕਰਾਂਗੇ ਅੱਜ ਪੂਰਾ ਫਨ ਕੀਤਾ ਜੀ ਲੁਧਿਆਣਾ ਪੋਲੀਟੈਕਨਿਕ ਕਾਲਜ ਦੇ ਵਿੱਚ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਤੁਹਾਨੂੰ ਮੁਲਾਕਾਤ ਕਰਵਾਉਂਦੇ ਲਵਾਂਗੇ ਸ਼ੋਅ ਨੂੰ ਪਿਆਰ ਦਿੰਦੇ ਰਹੋ ਰਵਨੀਤ ਵੱਲੋਂ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ